ਇਹ ਆਪਣੀ ਐਪ ਡਾਊਨਲੋਡ ਕਰਕੇ ਰਾਜੇ ਜੋ ਵੀ ਤੁਸੀਂ ਬੈਚ ਪਰਚੇਸ ਕਰਨਾ ਚਾਹੁੰਦੇ ਹੋ ਰਾਜੇ ਕਰ ਸਕਦੇ ਹੋ। 5 ਵਜੇ ਵਾਲਾ ਸੈਸ਼ਨ ਜ਼ਰੂਰ ਲਾਇਆ ਕਰੋ ਆਦੀ ਬੱਚੇ, ਥੋੜੇ ਮੈਂ ਉੱਥੇ ਕੁਸ਼ਚਨਸ ਐਡ ਕਰ ਰਹੀ ਹਾਂ ਹਿਸਟਰੀ ਦੇ ਵੀ, ਪੋਲੀਟੀ ਦੇ ਵੀ, ਡੋਂਟ ਵਰੀ, ਠੀਕ ਆ। ਉੱਥੇ ਬਹੁਤ ਡਿਟੇਲ ਚ ਰਾਜੇ ਹਰ ਇੱਕ ਚੀਜ਼ ਕਵਰ ਕਰਵਾ ਦੂੰਗੀ, ਇੰਨਾ ਕੁ ਕਰਵਾ ਦੂੰਗੀ। 5 ਵਜੇ ਵਾਲੀ ਕਲਾਸ ਕਿਸੇ ਵੀ ਬੱਚੇ ਨੇ ਮਿਸ ਨਹੀਂ ਕਰਨੀ ਹੈਗੀ ਰਾਜੇ, ਕੋਜ਼ ਉਹ ਜਿਹੜੀਆਂ ਸਵੇਰੇ ਵਾਲੇ ਮੈਂ 2 ਸੈਸ਼ਨ ਲੈ ਰਹੀ ਸੀ 10 ਤੋਂ 12 ਨਾ, ਹਿਸਟਰੀ ਐਂਡ ਆਪਣੀ ਕਿਸ ਚੀਜ਼ ਦਾ, ਪੋਲੀਟੀ, ਉਹ ਹੁਣ ਰਾਜੇ ਐਪ 'ਚ ਸ਼ਿਫਟ ਹੋ ਗਈਆਂ ਨੇ। ਤੇ 5 ਵਜੇ ਜਿਹੜੀ ਕਲਾਸ ਲਾਉਂਗੀ ਰਾਜੇ, ਉੱਥੇ ਮੈਂ ਪੋਲੀਟੀ ਹਿਸਟਰੀ ਦੇ ਕੁਐਸਚਨਸ ਵੀ ਐਡ ਕਰਾਂਗੀ, ਠੀਕ ਆ ਰਾਜੇ। ਕਲੀਅਰ ਸਾਰਿਆਂ ਨੂੰ? ਤਾਂ ਸੈਸ਼ਨ ਨੂੰ ਲਾਈਕ ਸ਼ੇਅਰ ਕਰ ਦਿਓ ਬੱਚੇ, ਫਿਰ ਆਪਾਂ ਆਪਣੀ ਕਲਾਸ ਕਰਦੇ ਹਾਂ ਸਟਾਰਟ। ਜੇ ਕਿਸੇ ਬੱਚੇ ਨੂੰ ਕੋਈ ਵੀ ਡਾਊਟ ਹੈ ਰਾਜੇ, ਤਾਂ ਹੁਣ ਤੁਸੀਂ ਮੈਨੂੰ ਪੁੱਛ ਸਕਦੇ ਹੋ, ਨਹੀਂ ਫਿਰ ਜਦ ਕਲਾਸ ਸਟਾਰਟ ਹੋ ਗਈ ਰਾਜੇ, ਫਿਰ ਆਪਾਂ ਕੋਈ ਗੱਲਾਂ ਬਾਤਾਂ ਨਹੀਂ ਕਰਨੀਆਂ, ਡਾਇਰੈਕਟਲੀ ਸਾਰਾ ਫੋਕਸ ਆਪਣਾ ਕਲਾਸ ਤੇ ਹੋਏਗਾ ਰਾਜੇ। ਡੇਲੀ ਬੱਚੇ, ਡੇਲੀ 5 ਵਜੇ ਮੇਰੀ ਕਲਾਸ ਹੁੰਦੀ ਹੈਗੀ ਹੈ, ਡੇਲੀ ਕਲਾਸ ਹੁੰਦੀ ਹੈਗੀ ਹੈ 5 ਵਜੇ, ਠੀਕ ਆ। ਉੱਥੇ ਮੈਂ ਤੁਹਾਨੂੰ ਦੱਸਿਆ ਸੀ ਮੈਂ ਨੈਸ਼ਨਲ ਪਾਰਕ ਹੋ ਗਏ ਆਪਣੇ, ਮਤਲਬ ਕਾਫੀ ਸਟੈਟਿਕ ਵੀ ਬੱਚੇ ਉੱਥੇ ਮੈਂ ਐਡ ਕਰੂੰਗੀ ਅਪਕਮਿੰਗ ਕਲਾਸਿਸ ਦੇ ਵਿੱਚ, ਠੀਕ ਆ ਰਾਜੇ। ਚਲੋ ਫਿਰ ਆਪਣਾ ਫਸਟ ਕੁਐਸਚਨ ਦੱਸ ਰਹਾ ਜੀ, ਹੇਠ ਲਿਖਿਆ ਵਿੱਚੋਂ ਕਿਰਿਆ ਵਿਸ਼ੇਸ਼ਣ ਚੁਣੋ ਰਾਜੇ। ਅਸੀਂ ਹੋ ਗਿਆ, ਰੋਜ਼ਾਨਾ ਹੋ ਗਿਆ, ਉਹ ਹੋ ਗਿਆ, ਜਾਂ ਫਿਰ ਬੱਚੇ ਇਹਨਾਂ ਚੋਂ ਕੋਈ ਵੀ ਨਹੀਂ, ਤਾਂ ਦੱਸੋ ਰਾਜੇ ਕਿਰਿਆ ਵਿਸ਼ੇਸ਼ਣ ਕਿਹੜਾ ਹੈ, ਇਹਨਾਂ ਚੋਂ ਆਂਸਰ ਕਰੋ ਆਪਣੇ ਫਸਟ ਕੁਐਸਚਨ ਦਾ। ਹਰ ਇੱਕ ਬੱਚੇ ਦੇ ਰਾਜੇ ਮੈਨੂੰ ਆਂਸਰ ਆਣੇ ਚਾਹੀਦੇ ਨੇ, ਚਾਹੇ ਗਲਤ ਹੀ ਕਰਿਓ ਬਟ ਆਂਸਰ ਜ਼ਰੂਰ ਕਰਿਓ ਰਾਜੇ। ਤਾਂ ਆਪਾਂ ਦੇਖੋ ਡੇਲੀ ਕੋਈ ਨਾ ਕੋਈ ਆਪਾਂ ਕੰਮ ਕਰ ਰਹੇ ਹਾਂ, ਦੇਖੋ ਡੇਲੀ ਮੇਰੀ ਕਲਾਸ ਹੁੰਦੀ ਹੈ, ਰੋਜ਼ਾਨਾ ਆਪਾਂ ਕੁਛ ਨਾ ਕੁਛ ਕਰ ਰਹੇ ਹਾਂ ਰਾਜੇ, ਤਾਂ ਆਪਣਾ ਰੋਜ਼ਾਨਾ ਕੀ ਆਏਗਾ ਬੱਚੇ, ਆਪਣਾ ਕਿਰਿਆ ਵਿਸ਼ੇਸ਼ਣ ਆਏਗਾ ਬੱਚੇ, ਕਲੀਅਰ। ਤਾਂ ਕੀ ਆਏਗਾ ਰਾਜੇ, ਆਪਣਾ ਕਿਰਿਆ ਵਿਸ਼ੇਸ਼ਣ ਆਏਗਾ ਰਾਜੇ। ਲਓ ਵਾਕ ਵਿੱਚ ਗੱਲ ਕਰਨ ਵਾਲੇ ਵਿਅਕਤੀ ਨੂੰ ਕੀ ਕਿਹਾ ਜਾਂਦਾ ਹੈ, ਤਾਂ ਆਂਸਰ ਕਰੋ ਰਾਜੇ ਆਪਣੇ ਨੈਕਸਟ ਕੁਐਸਚਨ ਦਾ। ਲੀਡਰ ਕਹਿੰਦੇ ਆ, ਬੁਲਾਰਾ ਕਹਿੰਦੇ ਆ, ਉੱਤਮ ਪੁਰਖ ਜਾਂ ਬੱਚੇ ਫਿਰ ਆਪਣਾ ਪੜਨਾਮ। ਨੈਕਸਟ ਕੁਐਸਚਨ ਆਂਸਰ ਕਰੋ ਬੱਚੇ, ਹਰ ਇੱਕ ਬੱਚੇ ਦਾ ਆਂਸਰ ਆਣਾ ਚਾਹੀਦਾ ਹੈਗਾ ਰਾਜੇ। ਬਿਲਕੁਲ ਬਿਲਕੁਲ ਬੱਚੇ, ਮੋਸਟ ਵੈਲਕਮ ਸਾਰਿਆਂ ਨੂੰ, ਗੁੱਡ ਆਫਟਰਨੂਨ ਜਿਨ੍ਹਾਂ ਨੇ ਲੇਟ ਜੁਆਇਨ ਕੀਤਾ ਹੈਗਾ ਰਾਜੇ। ਬਾਰਿਸ਼ ਬਹੁਤ ਜ਼ਿਆਦਾ ਹੈਗੀ ਹੈ ਗੁਰਪ੍ਰੀਤ ਸ਼ਰਮਾ, ਰਾਤ ਦੀ ਬਾਰਿਸ਼ ਬੱਚੇ ਇੱਥੇ ਪੂਰੀ ਆ, ਹੁਣ ਵੀ ਬਾਰਿਸ਼ ਹੈਗੀ ਆ, ਠੀਕ ਆ ਰਾਜੇ। ਕੋਈ ਪਤਾ ਨਹੀਂ ਕਿਹੜੇ ਵੇਲੇ ਲਾਈਟ ਚਲੀ ਜਾਏ, ਆਪਣੀ ਕਲਾਸ ਇੱਥੇ ਰੁਕ ਜੇ, ਠੀਕ ਆ ਰਾਜੇ। ਤਾਂ ਦੇਖੋ ਵਾਕ ਵਿੱਚ ਦੇਖੋ ਪੁਰਖ ਵਾਚਕ ਪੜਨਾਮ ਹੈ ਨਾ, ਮੈਂ ਤੁਹਾਨੂੰ ਕਰਵਾਇਆ ਸੀਗਾ ਪੁਰਖ ਵਾਚਕ ਪੜਨਾਮ ਬੱਚੇ। ਇਸ ਦੀਆਂ 3 ਕਿਸਮਾਂ ਹੈਗੀਆਂ ਅੱਗੇ ਰਾਜੇ, ਠੀਕ ਆ। ਪਹਿਲਾ ਪੁਰਖ ਹੋ ਗਿਆ ਰਾਜੇ, ਦੇਖੋ ਮੈਂ ਕੀ ਆ, ਪਹਿਲਾ ਪੁਰਖ ਆ, ਮੈਂ ਕੀ ਹੈਗੀ ਆ ਬੱਚੇ, ਪਹਿਲਾ ਪੁਰਖ ਹੈਗੀ ਆ, ਠੀਕ ਆ। ਮੀਨ ਜੋ ਗੱਲ ਕਰ ਰਿਹਾ ਉਹ ਆਪਣਾ ਕੀ ਹੁੰਦਾ ਬੱਚੇ, ਪਹਿਲਾ ਪੁਰਖ ਹੁੰਦਾ, ਠੀਕ ਹੈ। ਜਿਹਦੇ ਨਾਲ ਗੱਲ ਕਰ ਰਹੀ ਹਾਂ, ਮੀਨਸ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਰਾਜੇ, ਤਾਂ ਤੁਸੀਂ ਕੀ ਹੋਗੇ ਬੱਚੇ, ਦੂਜਾ ਪੁਰਖ ਹੋਗੇ, ਜਿਸ ਨੂੰ ਆਪਾਂ ਕੀ ਬੋਲਦੇ ਹਾਂ ਬੱਚੇ, ਮੱਧਮ ਪੁਰਖ ਵੀ ਬੋਲਦੇ ਹਾਂ, ਜਿਸ ਨੂੰ ਕੀ ਬੋਲਦੇ ਹਾਂ ਰਾਜੇ, ਆਪਾਂ ਮੱਧਮ ਪੁਰਖ ਵੀ ਬੋਲਦੇ ਹੈਗੇ ਹਾਂ, ਦੂਜਾ ਪੁਰਖ ਵੀ ਬੋਲਦੇ ਹਾਂ। ਤੇ ਤੀਸਰਾ ਕਿਹੜਾ ਹੁੰਦਾ ਹੈਗਾ ਬੱਚੇ, ਆਪਣਾ ਤੀਜਾ ਪੁਰਖ, ਜਿਸ ਨੂੰ ਆਪਾਂ ਕੀ ਬੋਲਦੇ ਹੈਗੇ ਹਾਂ, ਅਨਏ ਪੁਰਖ ਬੋਲਦੇ ਹੈਗੇ ਰਾਜੇ, ਠੀਕ ਆ। ਮੀਨਸ ਜਿਸ ਦੇ ਬਾਰੇ ਗੱਲ ਕਰ ਰਹੀ ਹੋਏ, ਤਾਂ ਹੁਣ ਦੇਖੋ ਰਾਜੇ ਆਪਾਂ ਕਿਸ ਬਾਰੇ ਗੱਲ ਕਰ ਰਹੇ ਹਾਂ, ਆਪਾਂ ਇਸ ਚੀਜ਼ ਬਾਰੇ ਗੱਲ ਕਰ ਰਹੇ ਹਾਂ, ਤਾਂ ਇਹ ਰਾਜੇ ਜਿਹੜੀ ਚੀਜ਼ ਹੋ ਗਈ ਇਹ ਕੀ ਹੋ ਗਿਆ, ਆਪਣਾ ਤੀਜਾ ਪੁਰਖ ਹੋ ਗਿਆ, ਜਿਸ ਨੂੰ ਆਪਾਂ ਕੀ ਬੋਲਦੇ ਹਾਂ ਰਾਜੇ, ਅਨਏ ਪੁਰਖ ਵੀ ਬੋਲਦੇ ਹਾਂ। ਯਾਦ ਰੱਖਿਓ ਪੁਰਖ ਵਾਚਕ ਪੜਨਾਮ ਦੀਆਂ 3 ਕਿਸਮਾਂ ਹੈਗੀਆਂ ਨੇ ਰਾਜੇ, ਤਾਂ ਕੀ ਕਿਹਾ ਜਾਂਦਾ ਰਾਜੇ, ਉੱਤਮ ਪੁਰਖ ਕਿਹਾ ਜਾਂਦਾ ਹੈ। ਨੈਕਸਟ ਕੁਐਸਚਨ ਦੱਸੋ ਰਾਜੇ, ਫਰਟੀਲਾਈਜ਼ਰਸ ਆਰ ਯੂਜ਼ਡ ਇਨ ਪਲੈਂਟੀ। ਲਓ ਰਾਜੇ ਹੁਣ ਕਰੋ ਆਂਸਰ, ਵਾਕ ਦਾ ਸਹੀ ਪੰਜਾਬੀ ਅਨੁਵਾਦ ਕੀ ਹੈ ਬੱਚੇ, ਆਂਸਰ ਕਰੋ ਆਂਸਰ ਆਪਣੇ ਨੈਕਸਟ ਕੁਐਸਚਨ ਦਾ। ਇਨਵਰਟਰ ਹੈਗਾ ਬੱਚੇ, ਠੀਕ ਆ, ਇਨਵਰਟਰ ਹੈਗਾ ਇਹ। ਉਸ ਦਿਨ ਮੈਂ ਕਲਾਸ ਲਗਾਈ ਸੀ ਬਟ ਪ੍ਰੋਪਰ ਆਊਟਪੁੱਟ ਨਹੀਂ ਆਉਂਦੇ, ਬਿਕੋਜ਼ ਲਾਈਟਿੰਗ ਬਹੁਤ ਹੁੰਦੀ ਹੈ ਰਾਜੇ ਰੂਮ ਦੇ ਵਿੱਚ, ਠੀਕ ਆ। ਤਾਂ ਆਂਸਰ ਕਰੋ ਰਾਜੇ ਆਪਣੇ ਨੈਕਸਟ ਕੁਐਸਚਨ ਦਾ, ਸੈਸ਼ਨ ਨੂੰ ਲਾਈਕ ਸ਼ੇਅਰ ਕਰ ਦਿਓ ਰਾਜੇ ਆਪਣੇ ਆਪ।
ਆਨਸਰ ਕਰੋ ਬੱਚੇ ਫਰਟੀਲਾਈਜ਼ਰਸ ਆਰ ਯੂਜ਼ਡ ਇਨ ਪਲੈਂਟੀ, ਤਾਂ ਇਸਦਾ ਕਿਆ ਮਤਲਬ ਹੈ ਰਾਜੇ? ਆਨਸਰ ਕਰੋ ਖਾਦ ਦੀ ਕਾਫੀ ਵਰਤੋਂ ਹੁੰਦੀ ਹੈ ਬੱਚੇ, ਨਹੀਂ ਖਾਦ ਦੀ ਵੱਡੀ ਮਾਤਰਾ ਵਿੱਚ ਪਾਈਆਂ ਜਾਂਦੀਆਂ, ਨਹੀਂ ਰਾਜੇ ਤਾਂ ਫਰਟੀਲਾਈਜ਼ਰਸ ਹੋ ਗਿਆ ਰਾਜੇ, ਮੀਨਸ ਆਪਣਾ ਖਾਦਾ ਹੋਏਗਾ, ਠੀਕ ਹੈ, ਖਾਦਾਂ ਦੀ ਵੱਡੀ ਮਾਤਰਾ ਵਿੱਚ ਵਰਤੋਂ ਕੀਤੀ ਜਾਂਦੀ ਹੈ। ਤਾਂ ਆਪਸ਼ਨ ਨੰਬਰ ਕੀ ਆਏਗਾ ਬੱਚੇ? ਆਪਣਾ ਸੀ ਆਨਸਰ ਆਏਗਾ। ਨੈਕਸਟ ਕੁਐਸਚਨ ਦੱਸੋ ਰਾਜੇ, ਗੁਰੂ ਨਾਨਕ ਦੇਵ ਜੀ ਨੇ ਮਨੁੱਖ ਦੇ ਕਿੰਨੇ ਵੈਰੀ ਦੱਸੇ ਹਨ? ਦੱਸੋ ਰਾਜੇ ਕਿੰਨੇ ਵੈਰੀ ਹੈਗੇ ਆ ਰਾਜੇ ਆਪਣੇ, ਦੱਸੋ ਕਿਉਂਕਿ ਫਾਸਟ ਤਾਂ ਆਪਣੇ ਕਿਹੜੇ ਕਿਹੜੇ ਹੈਗੇ ਰਾਜੇ? ਆਪਣਾ ਕਾਮ, ਕ੍ਰੋਧ, ਲੋਭ, ਮੋਹ ਹੋ ਗਿਆ ਰਾਜੇ, ਤੇ ਲਾਸਟ ਆਪਣਾ ਕੀ ਹੋ ਗਿਆ ਰਾਜੇ? ਹੰਕਾਰ, ਹਨਾ। ਇਹ ਕਿੰਨੇ ਵੈਰੀ ਦੱਸੇ ਆ ਬੱਚੇ? ਆਪਣੇ ਪੰਜ ਵੈਰੀ ਦੱਸੇ ਹੈਗੇ ਆਪਣੇ ਗੁਰੂ ਨਾਨਕ ਦੇਵ ਜੀ ਨੇ, ਯਾਦ ਰੱਖਿਓ ਆਪਣੇ ਪੰਜ ਵੈਰੀ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਫਿਰ ਜਿਨ੍ਹਾਂ ਨੇ ਇਸ ਤੇ ਆਪਦਾ ਜਿੱਤ ਲਿਆ, ਇਹਨਾਂ ਪੰਜਾਂ ਨੂੰ ਜਿੱਤ ਲਿਆ, ਤਾਂ ਸਮਝੋ ਫਿਰ ਉਹ ਬੰਦੇ ਨੇ ਦੁਨੀਆ ਜਿੱਤ ਲਈ। ਤੇ ਬਟ ਆਪਾਂ ਨੂੰ ਪਤਾ ਹੀ ਆ ਹੈ ਹੀ ਨਹੀਂ ਇਹਨਾਂ 'ਚ ਇੱਕ ਵੀ ਚੀਜ਼ ਜਿਹੜੀ ਜਿਸ ਚੀਜ਼ ਦਾ ਆਪਾਂ ਨੂੰ ਨਾਮ ਉਹ ਹੋਵੇ, ਹਨਾ। ਹਰ ਇੱਕ ਦੇ ਵਿੱਚ ਪੰਜੇ ਦੇ ਪੰਜੇ ਵਿਕਾਰ ਵੈਰੀ ਹੈਗੇ ਹੀ ਹੈਗੇ ਨੇ ਬੱਚੇ, ਠੀਕ ਆ। 100 ਚੋਂ ਪੁਆਇੰਟ ਹੋ ਸਕਦਾ ਵੀ ਕਿਸੇ 'ਚ ਨਾ ਹੋਣ, ਅਦਰਵਾਈਜ਼ ਸਭ ਦੇ ਵਿੱਚ ਹੀ ਹੈਗੇ ਰਾਜੇ। ਹੇਠ ਲਿਖਿਆ ਵਿੱਚੋਂ ਨਾਂਵਾਚਕ ਵਾਕ ਦੀ ਚੋਣ ਕਰੋ। ਲਓ ਰਾਜੇ ਹੁਣ ਕਰੋ ਆਪਣਾ ਨੈਕਸਟ ਕੁਐਸਚਨ, ਨਾਂਵਾਚਕ ਨਾਮ ਕਿਹੜਾ ਹੈਗਾ ਰਾਜੇ? ਮੈਂ ਸਕੂਲ ਜਾਵਾਂਗਾ, ਮੇਰਾ ਪੈਨ ਕਿੱਥੇ ਹੈ, ਮੈਂ ਖਾਣਾ ਨਹੀਂ ਖਾਵਾਂਗਾ, ਜਾਂ ਫਿਰ ਸਾਰਾ ਪਾਣੀ ਡੁੱਲ ਗਿਆ। ਨਾਂਵਾਚਕ ਦੱਸੋ ਰਾਜੇ ਕਾਰਜ ਦੇ ਆਧਾਰ ਤੇ, ਹਨਾ। ਆਪਾਂ ਵਾਕ ਦੀ ਕਿਸਮ ਦੇਖੀਏ ਤਾਂ 6 ਤਰ੍ਹਾਂ ਦੇ ਹੁੰਦੇ ਨੇ, ਤਾਂ ਆਨਸਰ ਕਰੋ ਰਾਜੇ ਆਪਣੇ ਨੈਕਸਟ ਕੁਐਸਚਨ ਦਾ। ਆਨਸਰ ਕਰਨੇ ਰਾਜੇ ਹਰ ਇੱਕ ਬੱਚੇ ਦੇ, ਮੈਨੂੰ ਆਨਸਰ ਆਣੇ ਚਾਹੀਦੇ ਨੇ ਰਾਜੇ। ਸਭ ਦੇ ਵਿੱਚ ਹੀ ਹੈਗੇ ਆ, ਮੇਰੇ 'ਚ ਵੀ ਹੈਗੇ ਆ, ਮੈਨੂੰ ਵੀ ਗੁੱਸਾ ਆ ਜਾਂਦਾ, ਗੁੱਸਾ ਮੈਨੂੰ ਜ਼ਿਆਦਾ ਆ ਜਾਂਦਾ, ਪਤਾ ਨਹੀਂ ਕਿਉਂ ਆ ਜਾਂਦਾ। ਮੈਂ ਖਾਣਾ ਨਹੀਂ ਖਾਵਾਂਗਾ, ਤਾਂ ਆਪਸ਼ਨ ਨੰਬਰ ਕੀ ਆਏਗਾ ਬੱਚੇ? ਆਪਣਾ ਸੀ ਆਨਸਰ ਆਏਗਾ ਜੀ। ਨੈਕਸਟ ਦੇਖੋ ਰਾਜੇ, ਨੈਕਸਟ ਕੁਐਸਚਨ, ਹੇਠ ਲਿਖਿਆ ਵਿੱਚੋਂ ਕਿਹੜਾ ਸ਼ਬਦ ਪੜਨਾਮ ਹੈ? ਭਾਰਤ, ਸਮੁੰਦਰ, ਤੁਸੀਂ, ਜਾਂ ਫਿਰ ਬੱਚੇ ਆਪਣੀ ਹਵਾ। ਤਾਂ ਆਨਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ ਰਾਜੇ, ਦੱਸੋ ਇਹਨਾਂ 'ਚੋਂ ਕਿਹੜਾ ਆਪਣਾ ਸ਼ਬਦ ਪੜਨਾਮ ਹੈ ਬੱਚੇ, ਆਨਸਰ ਕਰੋ। ਹਰ ਇੱਕ ਬੱਚੇ ਦੇ ਰਾਜੇ ਆਨਸਰ ਆਣੇ ਚਾਹੀਦੇ ਨੇ ਮੈਨੂੰ। 30 ਕੁਐਸਚਨਸ ਨੇ ਬੱਚੇ ਅੱਜ ਮੈਂ ਕਲਾਸ ਦੇ ਵਿੱਚ 30 ਕੁਐਸਚਨਸ ਰੱਖੇ ਆ, ਤਾਂ ਫਿਰ ਦੇਖਦੇ ਆ ਤੁਹਾਡੇ ਕਿੰਨੇ ਆਨਸਰ ਸਹੀ ਹੁੰਦੇ ਨੇ, ਕਿੰਨੇ ਗਲਤ ਹੁੰਦੇ ਨੇ। ਤਾਂ ਪੜਨਾਮ ਕਿਹੜਾ ਹੋ ਗਿਆ ਬੱਚੇ? ਤੁਸੀਂ ਹੋ ਗਿਆ, ਮੀਨਸ ਜਿਹੜਾ ਆਪਾਂ ਨਾਮ ਦੀ ਜਗ੍ਹਾ ਤੇ ਵਰਤਦੇ ਆ ਉਸਨੂੰ ਆਪਾਂ ਪੜਨਾਮ ਕਹਿੰਦੇ ਆ ਬੱਚੇ। ਚਲੋ ਨੈਕਸਟ ਕੁਐਸਚਨ ਦੇਖੋ ਰਾਜੇ, ਆਪਣਾ ਗੁਰੂ ਗੋਬਿੰਦ ਸਿੰਘ ਜੀ ਦੇ ਸੰਦਰਭ ਵਿੱਚ ਹੇਠ ਲਿਖੇ ਕਥਨਾਂ ਨੂੰ ਵਿਚਾਰੋ। ਤਾਂ ਲਓ ਰਾਜੇ ਹੁਣ ਕਰੋ ਆਨਸਰ ਆਪਣੇ ਨੈਕਸਟ ਕੁਐਸਚਨ ਦਾ, ਕਿਉਂਕਿ ਫਾਸਟ ਆਨਸਰ ਆਣੇ ਚਾਹੀਦੇ ਨੇ, ਧਿਆਨ ਨਾਲ ਸਟੇਟਮੈਂਟ ਰੀਡ ਕਰਨੀ ਹੈ, ਦੈਨ ਤੁਸੀਂ ਆਨਸਰ ਕਰਨਾ ਰਾਜੇ। ਤਾਂ ਆਨਸਰ ਕਰੋ ਰਾਜੇ ਆਪਣੇ ਨੈਕਸਟ ਕੁਐਸਚਨ ਦਾ, ਕਿਉਂਕਿ ਫਾਸਟ ਆਨਸਰ ਆਣੇ ਚਾਹੀਦੇ ਨੇ, ਧਿਆਨ ਨਾਲ ਸਟੇਟਮੈਂਟ ਨੂੰ ਬੱਚੇ ਤੁਸੀਂ ਰੀਡ ਕਰਨਾ, ਦੈਨ ਆਨਸਰ ਕਰਨਾ ਬੱਚੇ ਆਪਣੇ ਨੈਕਸਟ ਕੁਐਸਚਨ ਦਾ। ਆਨਸਰ ਕਰੋ ਰਾਜੇ ਆਪਣੇ ਨੈਕਸਟ ਕੁਐਸਚਨ ਦਾ, ਕੀ ਆਏਗਾ? ਸਟੇਟਮੈਂਟ ਨੂੰ ਪ੍ਰੋਪਰ ਰੀਡ ਕਰੋ, ਦੈਨ ਆਨਸਰ ਕਰੋ ਰਾਜੇ ਆਪਣੇ ਨੈਕਸਟ ਕੁਐਸਚਨ ਦਾ। ਕੀ ਕਹਿ ਰਹੇ ਹੋ ਗਗਨਦੀਪ ਕੁਮਾਰ ਤੁਸੀਂ ਜੀ? ਦੇਖੋ ਰਾਜੇ, ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਜਾਂ 5K ਦੀ ਸਿਧਾਂਤ ਦੀ ਸਥਾਪਨਾ ਕੀਤੀ, ਹੈ ਨਾ। ਖਾਲਸਾ ਪੰਥ ਦੀ ਸਥਾਪਨਾ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਕਦੋਂ ਬੱਚੇ? ਆਪਣੀ 30 ਮਾਰਚ 1699 ਈਸਵੀ।
ਫਿਰ ਦੇਖੋ ਇਹ ਨਨਕਾਣਾ ਸਾਹਿਬ ਪਾਕਿਸਤਾਨ ਗੁਰੂ ਗੋਬਿੰਦ ਸਿੰਘ ਦਾ ਜਨਮ ਸਥਾਨ ਆ ਨਹੀਂ ਬੱਚੇ, ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਆਨਸਰ ਕਰੋ ਸਾਰੇ ਬੱਚੇ ਕੀ ਆਏਗਾ ਰਾਜੇ। ਸੈਕੰਡ ਸਟੇਟਮੈਂਟ ਗਲਤ ਆ, ਇਹ ਆਪਣੀ ਪਹਿਲੀ ਪਾਤਸ਼ਾਹ ਹੀ ਆਏਗਾ ਰਾਜੇ, ਯਾਦ ਰੱਖਿਓ। ਤਾਂ ਸੈਕੰਡ ਆਪਸ਼ਨ ਹੋ ਗਈ ਆਪਣੀ ਗਲਤ ਬੱਚੇ, ਤੇ ਕਰ ਦੋ ਰਾਜੇ ਆਪਣਾ ਗਲਤ। ਫਿਰ ਦੇਖੋ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ, ਬਿਲਕੁਲ ਬੱਚੇ ਸਹੀ ਆ, ਜਫਰਨਾਮਾ ਆਪਣੇ ਗੁਰੂ ਜੀ ਨੇ ਲਿਖਿਆ ਸੀ 1 and 3 ਦੋਨੋਂ ਸਹੀ ਹੈਗੇ ਨੇ। ਚੌਥੀ ਸਟੇਟਮੈਂਟ ਰੀਡ ਕਰੋ ਚਾਹੇ ਨਾ ਕਰੋ, ਕਾਜ਼ ਆਪਸ਼ਨ ਨੰਬਰ ਆਪਣਾ ਕੀ ਆਏਗਾ, ਬੀ ਹੀ ਆਨਸਰ ਆਏਗਾ ਰਾਜੇ। ਕੋ ਸਿੱਖ ਧਰਮ ਦੇ ਬਾਨੀ ਕੌਣ ਸੀ ਰਾਜੇ, ਆਪਣੀ ਪਹਿਲੀ ਪਾਤਸ਼ਾਹੀ ਸੀਗੀ, ਇਹ ਵੀ ਆਪਣਾ ਆਨਸਰ ਯਾਦ ਰੱਖਿਓ ਰਾਜੇ। ਚਲੋ ਜੀ ਨੈਕਸਟ ਕੁਐਸਚਨ ਦੇਖੋ ਰਾਜੇ ਆਪਣਾ ਕੀ ਆਏਗਾ, ਗੁਰਮੁਖੀ ਵਿੱਚ ਲਗਾਂ ਦੀ ਗਿਣਤੀ ਦੱਸੋ। ਤਾਂ ਕਿੰਨੀਆਂ ਲਗਾਂ ਹੁੰਦੀਆਂ ਬੱਚੇ, 3, 6, 10 ਜਾਂ ਫਿਰ ਆਪਣੀਆਂ 4। ਨੈਕਸਟ ਕੁਐਸਚਨ ਦਾ ਆਨਸਰ ਕਰੋ ਬੱਚੇ, ਕਿੰਨੀਆਂ ਲਗਾਂ ਹੁੰਦੀਆਂ ਹਨ ਗੁਰਮੁਖੀ ਵਿੱਚ। ਸੋ ਈਜ਼ੀ ਹੈਗੀ ਆ ਰਾਜੇ, ਬਟ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ, ਊੜੇ ਨਾਲ ਕਿੰਨੀਆਂ ਲਗਾਂ ਲੱਗਦੀਆਂ, ਆੜੇ ਨਾਲ ਕਿੰਨੀਆਂ ਲੱਗਦੀਆਂ, ਈੜੀ ਨਾਲ ਬੱਚੇ ਕਿੰਨੀਆਂ ਲੱਗਦੀਆਂ, ਤਾਂ ਪਤਾ ਹੋਣਾ ਚਾਹੀਦਾ ਰਾਜੇ। 10 ਹੈਗੀਆਂ ਨੇ। ਹੁਣ ਦੇਖੋ ਮੁਕਤਾ ਹੋ ਗਿਆ, ਇਹ ਲਗਾ ਹੈਗੀਆਂ ਬੱਚੇ, ਮੁਕਤਾ ਹੋ ਗਿਆ, ਕੰਨਾ ਹੋ ਗਿਆ, ਸਿਹਾਰੀ ਬਿਹਾਰੀ, ਲਾ ਹੋ ਗਿਆ ਬੱਚੇ, ਦੁਲਾਵਾਂ ਹੋ ਗਿਆ, ਔਂਕੜ ਦੁਲੈਂਕੜ, ਹੋੜਾ ਤੇ ਕਨੌੜਾ। ਹੁਣ ਦੇਖੋ ਬੱਚੇ ਆੜੇ ਨਾਲ ਕਿੰਨੀਆਂ ਲੱਗਦੀਆਂ, ਯਾਦ ਰੱਖਿਓ ਬੱਚੇ 4 ਲੱਗਦੀਆਂ, ਮੁਕਤਾ ਹੋ ਗਿਆ, ਕੰਨਾ ਹੋ ਗਿਆ, ਦੁਲਾਵਾਂ ਹੋ ਗਿਆ ਤੇ ਬੱਚੇ ਆਪਣਾ ਕਨੌੜਾ ਹੋ ਗਿਆ। ਕਲੀਅਰ ਆ ਜੇ ਸਾਰਿਆਂ ਨੂੰ? ਫਿਰ ਦੇਖੋ ਈੜੀ ਦੇ ਨਾਲ ਕਿੰਨੀਆਂ ਲੱਗਦੀਆਂ ਬੱਚੇ, ਆਪਣੀਆਂ 3 ਲੱਗਦੀਆਂ ਨੇ, ਈੜੀ ਨੂੰ ਸਿਹਾਰੀ, ਈੜੀ ਨੂੰ ਵਿਹਾਰੀ ਤੇ ਈੜੀ ਨੂੰ ਲਾਵਾਂ। ਤੇ ਫਿਰ ਬੱਚੇ ਊੜੇ ਨਾਲ ਵੀ ਕਿੰਨੀਆਂ ਲੱਗਦੀਆਂ ਨੇ, ਆਪਣੀਆਂ 3 ਹੀ ਲੱਗਦੀਆਂ ਨੇ, ਊੜੇ ਨੂੰ ਔਂਕੜ, ਊੜੇ ਨੂੰ ਦੁਲੈਂਕੜ ਤੇ ਊੜੇ ਨੂੰ ਹੋੜਾ। ਕਲੀਅਰ ਆ ਜੀ ਸਾਰਿਆਂ ਨੂੰ? ਚਲੋ ਜੀ ਸਾਰੀਆਂ ਰੱਖਿਓ ਬੱਚੇ ਯਾਦ ਆਪਣਾ ਇਸ ਕੁਐਸਚਨ ਨੂੰ। ਬਾਕੀ ਰਾਜੇ ਆਪਣਾ ਵੀਡੀਓ ਬੈਚ ਹੈਗਾ, ਠੀਕ ਹੈ, ਇਹ 'ਚ ਕਲਾਸਿਸ ਮੇਰੀਆਂ ਚੱਲ ਰਹੀਆਂ ਨੇ। ਇੱਥੇ ਮੈਂ ਹਿਸਟਰੀ, ਮਡੀਵਲ ਹਿਸਟਰੀ ਤੇ ਬੱਚੇ ਮੈਂ ਕੀ ਸਟਾਰਟ ਕੀਤੀ ਹੋਈ ਆ, ਪੋਲੀਟੀ ਸਟਾਰਟ ਕੀਤੀ ਹੋਈ ਆ 10 ਵਜੇ ਤੇ ਰਾਜੇ 12 ਵਜੇ ਇੱਥੇ ਮੇਰੀ ਕਲਾਸ ਹੁੰਦੀ ਹੈ। ਜਿਨ੍ਹਾਂ ਨੇ ਪਰਚੇਜ਼ ਨਹੀਂ ਕੀਤਾ ਰਾਜੇ ਜਾ ਕੇ ਪਰਚੇਜ਼ ਕਰਿਓ। ਇੱਥੇ ਤੁਸੀਂ ਮੇਰਾ ਕੋਡ ਯੂਜ਼ ਕਰਨਾ ਹੈਗਾ ਬੱਚੇ ਮਨਪ੍ਰੀਤ 10। ਕੋਈ ਵੀ ਤੁਸੀਂ ਬੈਚ ਪਰਚੇਸ ਕਰਨਾ ਰਾਜੇ, ਉੱਥੇ ਤੁਸੀਂ ਮੇਰਾ ਕੋਡ ਯੂਜ਼ ਕਰੋਗੇ ਮਨਪ੍ਰੀਤ 10। ਕਲੀਅਰ ਰਾਜੇ ਸਾਰਿਆਂ ਨੂੰ? ਠੀਕ ਆ, ਸਾਰਿਆਂ ਨੇ ਲੈ ਲਓ ਪ੍ਰੋਪਰ, ਵਧੀਆ ਇੱਥੇ ਆਪਾਂ ਤਿਆਰੀ ਕਰ ਰਹੇ ਹੈਗੇ ਆ ਰਾਜੇ, ਪੂਰੇ 1 ਸਾਲ ਦੀ ਵੈਲਿਡਿਟੀ ਹੈਗੀ ਆ। ਕੀ ਕਹਿ ਰਹੇ ਹੋ ਮੈਮ ਜੀ, 30 ਮਾਰਚ ਕਿਉਂ ਲਿਖਦੇ ਆ? ਨਹੀਂ ਨਹੀਂ ਬੱਚੇ ਦੇਖੋ ਆਦਿ ਕਈ ਜਗ੍ਹਾ ਤੇ ਬੱਚੇ 30 ਮਾਰਚ ਕਈ ਬੁੱਕਸ ਲਿਖਿਆ ਹੋਇਆ ਹੈਗਾ, ਕਈ ਜਗ੍ਹਾ ਤੇ ਬੱਚੇ 13 ਅਪ੍ਰੈਲ, ਵੈਸੇ ਤਾਂ ਆਪਾਂ 13 ਅਪ੍ਰੈਲ ਨੂੰ ਮਨਾਉਂਦੇ ਹੈਗੇ ਆ, ਠੀਕ ਆ, ਆਪਾਂ ਨੂੰ ਪਤਾ ਹੈਗਾ ਰਾਜੇ, ਬਟ ਜੋ ਐਗਜੈਕਟ ਡੇਟ ਹੈਗੀ ਆ ਰਾਜੇ, ਠੀਕ ਆ, ਆਪਣੀ 30 ਮਾਰਚ 1699 ਹੀ ਹੈ ਰਾਜੇ ਸਹੀ ਜਿਹੜਾ ਆਨਸਰ ਹੈਗਾ ਨਾ, 30 ਮਾਰਚ 1699 ਹੀ ਬਣਦਾ ਹੈਗਾ ਰਾਜੇ। ਬਟ ਕਈ ਬੁੱਕਸ ਦੇ ਵਿੱਚ 13 ਅਪ੍ਰੈਲ 1699 ਵੀ ਆ। ਅਗਰ ਦੋਨੋਂ, ਪਹਿਲੀ ਗੱਲ ਤਾਂ ਦੋਨੋਂ ਆਪਸ਼ਨ ਆਉਂਦੀਆਂ ਨਹੀਂ ਹੈਗੀਆਂ ਰਾਜੇ, ਮੰਨ ਲਓ ਦੋਨੋਂ ਆਪਸ਼ਨ ਆ ਵੀ ਗਈਆਂ ਰਾਜੇ, ਤਾਂ ਆਪਾਂ ਆਨਸਰ 30 ਮਾਰਚ 1699 ਹੀ ਟਿਕ ਲਾਉਣਾ ਰਾਜੇ, ਇਹੀ ਬਿਲਕੁਲ ਸਹੀ ਆਨਸਰ ਆ। ਕਲੀਅਰ ਆ ਜੇ ਸਾਰਿਆਂ ਨੂੰ? ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬੱਚੇ। ਟਾਈਮ ਬੱਚੇ ਨੋਟ ਡਾਊਨ ਕਰ ਲਓ ਆਪਣੇ ਆਪ ਹੀ, ਗਗਨਦੀਪ ਕੁਮਾਰ, ਸਵੇਰੇ 10 ਤੋਂ 12 ਵਜੇ ਮੇਰੀ ਐਪ ਦੇ ਵਿੱਚ ਕਲਾਸ ਹੁੰਦੀ ਆ, ਪੋਲੀਟੀ ਹੁੰਦੀ ਆ, ਹਿਸਟਰੀ ਹੁੰਦੀ ਆ, 2 ਵਜੇ ਪੰਜਾਬੀ ਗ੍ਰਾਮਰ ਹੁੰਦੀ ਆ, 5 ਵਜੇ ਬੱਚੇ ਪੰਜਾਬ GK ਹੁੰਦੀ ਆ, ਬਟ 5 ਵਜੇ ਵਾਲੀ ਕਲਾਸ ਦੇ ਵਿੱਚ ਮੈਂ ਪੋਲੀਟੀ ਵੀ ਐਡ ਕਰੂੰਗੀ, ਹਿਸਟਰੀ ਵੀ ਐਡ ਕਰੂੰਗੀ, ਸਟੈਟਿਕ ਵੀ ਐਡ ਕਰੂੰਗੀ ਤੇ ਪੰਜਾਬ GK ਤਾਂ ਹੋਏਗੀ ਹੀ ਹੋਏਗੀ ਰਾਜੇ। ਕਲੀਅਰ? ਹੁਣ ਦੱਸੋ ਰਾਜੇ ਹੇਠ ਲਿਖਿਆਂ ਵਿੱਚੋਂ ਸੰਯੁਕਤ ਵਾਕ ਦੀ ਪਹਿਚਾਣ ਕਰੋ। ਇਹ ਤਾਂ ਸੌਖਾ ਹੀ ਆ, ਮੈਨੂੰ ਨਹੀਂ ਲੱਗਦਾ ਹੈਗਾ ਕਿਸੇ ਨੂੰ ਨਹੀਂ ਪਤਾ ਹੋਏਗਾ। ਹਾਏ ਓ ਰੱਬਾ, ਹਾਲੇ ਵੀ ਲਵਦੀਪ ਸਿੰਘ ਨੇ ਆੜਾ ਆਨਸਰ ਕਰਤਾ। ਓਹੋ,
ਕੁਲਦੀਪ ਸਵੇਰੇ ਸਕੂਲ ਗਿਆ ਤੇ ਸ਼ਾਮ ਨੂੰ ਵਾਪਸ ਆ ਗਿਆ ਤਾਂ ਸੰਯੁਕਤ ਵਾਕ ਆ ਗਿਆ ਬੱਚੇ, ਆਪਸ਼ਨ ਨੰਬਰ ਏ ਆਨਸਰ ਆਏਗਾ। ਚਲੋ ਜੀ ਨੈਕਸਟ ਦੇਖੋ ਰਾਜੇ, ਨੈਕਸਟ ਕੁਐਸਚਨ, ਹਾਥੀ ਲੰਘ ਗਿਆ ਬਸ ਡੈਸ਼ ਬਾਕੀ ਰਹਿ ਗਈ ਹੈ, ਜਿੱਦਾਂ ਬਸ ਆਪਣੇ ਨਾਲ ਵੀ ਪੇਪਰਾਂ ਦੇ ਨਾਲ ਆਪਣਾ ਇਹੀ ਹਾਲ ਹੈਗਾ ਰਾਜੇ। ਕਲੀਅਰ? ਚਲੋ ਰਾਜੇ ਆਨਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ। ਐਗਜ਼ਾਮ ਮੇਰੇ ਸਿਰ ਆ, ਓਕੇ ਓਕੇ। ਦੇਖੋ ਮੈਂ ਪ੍ਰੈਕਟਿਸ ਕਰਵਾਉਂਗੀ, ਦੱਬ ਕੇ ਪ੍ਰੈਕਟਿਸ ਕਰਵਾਉਂਗੀ ਮੈਂ ਤੁਹਾਡੇ ਤੇ, ਹੈਗਾ ਕਿ ਆਫਟਰ ਮੇਰੀਆਂ ਕਲਾਸਿਸ ਤੋਂ ਬਾਅਦ ਤੁਸੀਂ ਸੈਲਫ ਸਟੱਡੀ ਕਿੰਨੀ ਕਰਦੇ ਹੋ ਰਾਜੇ, ਠੀਕ ਹੈ? ਕੋਸ ਸੈਲਫ ਸਟੱਡੀ ਮਸਟ ਹੈਗੀ ਹੈ ਰਾਜੇ, ਯਾਦ ਰੱਖਿਓ ਰਾਜੇ। ਕਲੀਅਰ? ਤਾਂ ਆਪਾਂ ਕਹਿ ਦਿੰਦੇ ਹਾਥੀ ਲੰਘ ਗਈ ਬਸ ਪੂਛ ਹੀ ਬਾਕੀ ਰਹਿ ਗਈ, ਹਨਾ? ਤਾਂ ਆਪਸ਼ਨ ਨੰਬਰ ਬੀ ਆਨਸਰ ਆਏਗਾ। ਵੈਰੀ ਗੁੱਡ, ਜਿਨ੍ਹਾਂ ਨੇ ਆਨਸਰ ਬੀ ਕੀਤਾ ਰਾਜੇ। ਅੱਠ ਅੱਠ ਮਾਰਗ ਮੁਹਾਵਰੇ ਦਾ ਅਰਥ ਹੈ ਬੱਚੇ, ਹੁਣ ਕਰੋ ਅੱਠ ਅੱਠ ਮਾਰਗ ਮੁਹਾਵਰੇ ਦਾ ਕੀ ਅਰਥ ਆ ਰਾਜੇ? ਮੌਜਾਂ ਮੰਨਣੀਆਂ, ਇੱਕੋ ਰਸੇ ਫਾਹੇ ਦੇਣਾ ਕਿਸੇ ਨੂੰ, ਖੁਸ਼ੀ ਤੇ ਸ਼ਾਂਤੀ ਮਿਲਣੀ ਬੱਚੇ, ਜਾਂ ਫਿਰ ਮੌਜਾਂ ਮੰਨਣੀਆਂ। ਲਓ ਆਨਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ। ਹਰ ਇੱਕ ਬੱਚੇ ਦੇ ਰਾਜੇ ਆਨਸਰ ਆਉਣੇ ਚਾਹੀਦੇ ਨੇ, ਚਾਹੇ ਗਲਤ ਹੀ ਕਰੋ ਬਟ ਆਨਸਰਸ ਬੱਚੇ ਜ਼ਰੂਰ ਕਰੋ, ਠੀਕ ਆ? ਪਾਰਟਿਸਪੇਟ ਕਰਨਾ ਜ਼ਰੂਰੀ ਹੈ। ਜਿੰਨਾ ਟਾਈਮ ਤੁਸੀਂ ਪਾਰਟਿਸਪੇਟ ਨਹੀਂ ਕਰੋਗੇ, ਫਿਰ ਐਗਜ਼ਾਮ ਦੇ ਵਿੱਚ ਰਾਜੇ ਕਿੱਦਾਂ ਤੁਸੀਂ ਕੁਐਸਚਨਸ ਅਟੈਂਪਟ ਕਰ ਸਕਦੇ ਹੋ, ਹਨਾ? ਤਾਂ ਆਨਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ। ਬੱਚੇ ਦਾ ਮਤਲਬ ਹੁੰਦਾ ਹੈਗਾ ਮੌਜਾਂ ਮੰਨਣੀਆਂ। ਅੱਠ ਅੱਠ ਮਾਰਗ ਮੀਨਸ ਕੀ ਆ? ਮੌਜਾਂ ਮੰਨਣੀਆਂ, ਜਿਹਦੇ ਬਸ ਮੀਨਸ ਸਾਰੇ ਦੇ ਸਾਰੇ ਮਾਰਗ ਜਿਹਦੇ ਲਈ ਖੁੱਲੇ ਹੈਗੇ ਆ ਰਾਜੇ, ਮੌਜਾਂ ਮਾਣ ਰਿਹਾ ਹੈਗਾ ਉਹ ਬੰਦਾ, ਠੀਕ ਆ ਰਾਜੇ? ਤਾਂ ਆਪਸ਼ਨ ਨੰਬਰ ਏ ਆਨਸਰ ਆਏਗਾ। ਬਾਕੀ ਦੇਖ ਲਓ ਰਾਜੇ, ਆਹ ਦੇਖ ਲਓ, ਅੱਠ ਅੱਠ ਮਾਰਗ ਦਾ ਮਤਲਬ ਹੁੰਦਾ ਹੈਗਾ ਮੌਜਾਂ ਮੰਨਣੀਆਂ ਬੱਚੇ, ਠੀਕ ਆ? ਫਿਰ ਨੈਕਸਟ ਦੇਖੋ, ਆਪਣੀ ਢਾਈ ਪਾ ਖਿਚੜੀ ਵੱਖਰੀ ਪਕਾਉਣੀ, ਠੀਕ ਆ ਰਾਜੇ? ਆਪਣੀ ਢਾਈ ਪਾ ਖਿਚੜੀ ਮੀਨਸ ਆਪਦੀ ਖਿਚੜੀ ਆਪ ਹੀ ਬੱਚੇ ਪਕਾਉਣੀ, ਉਹ ਕੀ ਹੈਗੀ ਰਾਜੇ? ਨਾਲ ਦਿਆਂ ਤੋਂ ਵੱਖਰੇ ਹੋ ਕੇ ਆਪਣੀ ਮਰਜ਼ੀ ਦਾ ਕੰਮ ਕਰਨਾ, ਕਲੀਅਰ ਰਾਜੇ? ਇਸ ਨੂੰ ਬੋਲਦੇ ਹੈਗੇ ਰਾਜੇ। ਫਿਰ ਦੇਖੋ ਆਂਦਰਾਂ ਠਾਰਨਾ, ਆਂਦਰਾਂ ਠਾਰਨਾ ਦਾ ਮਤਲਬ ਕੀ ਹੁੰਦਾ ਹੈਗਾ? ਕਿਸੇ ਨੂੰ ਖੁਸ਼ੀ ਸ਼ਾਂਤੀ ਮਿਲਣੀ ਹੈ ਨਾ, ਜਿੱਦਾਂ ਆਪਾਂ ਕਹਿੰਦੇ ਵੀ ਹਾਏ ਯਾਰ ਉਹਨੂੰ ਦੇਖ ਕੇ ਸਾਡੀ ਤਾਂ ਆਂਦਰਾਂ ਠਰ ਗਈਆਂ, ਮੀਨਸ ਕਾਲਜੇ ਠੰਡ ਪੈ ਗਈ ਰਾਜੇ। ਨੈਕਸਟ ਦੇਖੋ ਰਾਜੇ, ਇੱਟ ਘੜੇ ਜਾਂ ਕੁੱਤੇ ਦਾ ਵੈਰ, ਇਹ ਤਾਂ ਆਪਾਂ ਨੂੰ ਸਭ ਨੂੰ ਹੀ ਪਤਾ, ਸੁਭਾਵਿਕ ਵੈਰ ਕਹਿੰਦੇ ਆ। ਤੇ ਇੱਕੋ ਰਸੇ ਫਾਹੇ ਦੇਣ ਦਾ ਮਤਲਬ ਕੀ ਹੁੰਦਾ ਹੈਗਾ ਰਾਜੇ? ਵੀ ਸਾਰਿਆਂ ਨਾਲ ਇੱਕੋ ਜਿਹਾ ਵਰਤਾਓ ਕਰਨਾ, ਕਲੀਅਰ ਰਾਜੇ ਸਾਰਿਆਂ ਨੂੰ? ਤਾਂ ਗਗਨਦੀਪ ਕੁਮਾਰ ਬੱਚੇ, ਮੈਨੂੰ ਨਹੀਂ ਆਉਂਦਾ ਮਜ਼ਾਕ ਕਰਨਾ, ਸੋਰੀ, ਠੀਕ ਆ? ਮੇਰਾ ਧਿਆਨ ਸਿਰਫ ਸਟੱਡੀ ਵੱਲ ਹੁੰਦਾ ਹੈਗਾ, ਮੇਰੇ ਤੋਂ ਹੁੰਦੀਆਂ ਹੀ ਨਹੀਂ ਹੈਗੀਆਂ ਬੱਚੇ ਗੱਲਾਂ ਬਾਤਾਂ। ਤੁਸੀਂ ਆਈ ਥਿੰਕ ਫਸਟ ਟਾਈਮ ਮੇਰੇ ਨਾਲ ਜੁੜਦੇ ਹੋ ਹੈਗੇ ਹੋ ਨਾ ਰਾਜੇ, ਤਾਂ ਮੇਰੇ ਤੋਂ ਨਹੀਂ ਹੁੰਦੇ ਹੈਗੇ ਮਜ਼ਾਕ, ਮੈਨੂੰ ਨਹੀਂ ਆਉਂਦੀਆਂ ਗੱਲਾਂ ਕਰਨੀਆਂ, ਇਸ ਫੈਕਟ ਆ ਰਾਜੇ, ਸੱਚਾ ਨਾ, ਸੀਰੀਅਸਲੀ ਮੈਨੂੰ ਬਿਲਕੁਲ ਨਹੀਂ ਆਉਂਦੀਆਂ ਹੈਗੀਆਂ ਗੱਲਾਂ ਮਾਰਨੀਆਂ, ਨਾ ਮੇਰੇ ਤੋਂ ਕੋਈ ਮਜ਼ਾਕ ਹੁੰਦਾ, ਉਹ ਕਦੇ ਕਦੇ ਪਤਾ ਨਹੀਂ ਹੋ ਸਕਦਾ, ਅਦਰਵਾਈਜ਼ ਬਿਲਕੁਲ ਨਹੀਂ, ਮੇਰਾ ਸਾਰਾ ਧਿਆਨ ਸਟੱਡੀ ਵੱਲ ਹੁੰਦਾ ਹੈਗਾ, ਤਾਂ ਹੀ ਬੱਚੇ ਮੇਰੀ ਕਲਾਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਨਹੀਂ ਹੈਗੇ, ਬਿਕੋਜ਼ ਉਹਨਾਂ ਨੂੰ ਪਤਾ ਹੈਗਾ ਕਿ ਜਦ ਮੈਂ ਕੁਐਸਚਨਸ ਕਰਵਾ ਰਹੀ ਹਾਂ ਮੇਰਾ ਸਾਰਾ ਧਿਆਨ ਇੱਧਰ ਆ ਬੱਚੇ, ਤਾਂ ਬੋਰ ਹੋ ਜਾਂਦੇ ਹੋ ਤਾਂ ਤੁਹਾਡੀ ਮਰਜ਼ੀ, ਉਹ ਆਈ ਡੋਂਟ ਨੋ, ਹੁਣ ਇਹ 'ਚ ਮੇਰਾ ਕੋਈ ਕਸੂਰ ਨਹੀਂ ਹੈਗਾ ਕਿ ਤੁਸੀਂ ਹੁਣ ਸਟੱਡੀ ਤੋਂ ਵੀ ਬੋਰ ਹੋ ਰਹੇ ਹੋ, ਠੀਕ ਆ ਰਾਜੇ? ਬਟ ਮੇਰੇ ਤੋਂ ਨਹੀਂ ਹੁੰਦੀਆਂ ਗੱਲਾਂ ਬਾਤਾਂ, ਬਸ ਦੈਟਸ ਇਟ, ਸਿਰਫ ਮੈਨੂੰ ਸਟੱਡੀ ਤੱਕ ਮਤਲਬ ਆ। ਲਓ ਰਾਜੇ, ਹੇਠ ਲਿਖਿਆ ਵਿੱਚੋਂ ਕਿਹੜਾ ਵਾਕ ਸਹੀ ਆ? ਹੁਣ ਤਾਂ ਇਹ ਗਲਤ ਹੋ ਹੀ ਨਹੀਂ ਸਕਦਾ ਰਾਜੇ। ਕੀ ਕਿਹਾ ਤੁਸੀਂ ਉਸਨੂੰ? ਤੁਸੀਂ ਉਸਨੂੰ ਕੀ ਕਿਹਾ? ਕਿੱਧਰ ਚਲਾ ਗਿਆ ਇਸ ਤੋਂ ਪਿੱਛੋਂ ਰਵੀ, ਤੇ ਆਪਣਾ ਕਿਹੜਾ ਸ਼ਬਦ ਤੁਹਾਡਾ ਠੀਕ? ਲਓ ਰਾਜੇ ਆਨਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ।
मतलब हसाया तो नहीं मेरे तो जाना, पर डांट जरूर पड़ेगी। वेट कर लो बस थोड़ा जा, मैं हले ठीक नहीं चल रही, ओदी वजह करके मैं कुछ कहंदी नहीं हैगी हले। तुहानू डांट जरूर पएगी, अदरवाइज होर कुछ ना एक्सपेक्ट करियो। चलो जी नेक्स्ट क्वेश्चन देखो राजे अपना की आएगा। अक्खां दा तारा होना सो इजी बच्चे, अक्खां दा तारा होना जिद्दां आपां अपने सारे घरदिआं दे अक्खां दे तारे हैगे आ, बट ओह आपां नूं पता ही आ वी सवेर तों लै के शाम तक आपणे कीहड़ी तारां बाजी आपणे हुंदीआं हैगीआं ने, किन्ना क प्यार आपणे उमड़ उमड़ के आउंदा हैगा घरदिआं दा, सवेर तों लगदे हैगे ने, बस जिन्ना टाइम पैंदे नहीं हैगे, प्यार ही प्यार है ना, प्यार ही प्यार बच्चे। तां बहुत प्यारा होना आपां किस नूं बोलदे आ राजे, अक्खां दा तारा होना बोलदे आ। क्लियर राजे सारिआं नूं? चलो जी नेक्स्ट क्वेश्चन देखो राजे। मक्खण शाह लुभाणे ने गुरु लादो रे, किस गुरु साहिब लई कहा सी पटवारी च आया। पता नहीं क्वेश्चन ए डिटो क्वेश्चन बच्चे, पता नहीं एक्साइज च आया ते पता नहीं फिर वैटनरी च आया, उत्थे बच्चे डिटो क्वेश्चन आया होया हैगा कि गुरु लादो रे किसदे लई वरत्या गया सी, अपने गुरु अंगद देव जी, गुरु अमरदास जी, ते गुरु अमरदास जी जां फिर गुरु तेग बहादुर। ये तो ऑप्शंस दोनों हो गईआं ना बच्चे, गुरु तेग बहादुर जी लई आएगा बच्चे आंसर अपने नेक्स्ट क्वेश्चन दा। क्लियर है जी सारिआं नूं? क्लियर 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 के नहीं राजे, पहला मैंने इस चीज का जवाब दो। हाँ अपने नौवीं पातशाही दे लई राजे है ना अपने वर्ड्स वरते सीगे राजे। नेक्स्ट दसो राजे, हेठ लिखिया विचों केड़ा जुट सही नहीं है, सही नहीं है पूछा राजे, तां आंसर करो अपना की आएगा। पैंडा रा वाजिब सही हो गया, सोहना खूबसूरत उच्चा ते नीवा। देखो राजे पैंडा रा अपना बिल्कुल सही है ना, ये अपना फर्स्ट ऑप्शन सही है, दोनों अपने समानार्थिक हैगे ने, वाजिब आपां सही बोलदे आ, सोहना खूबसूरत। बट बच्चे जिहड़ा अपना उच्चा नीवा आ गया अपने केड़े आ गए राजे, इहे आपणे विरोधी शब्द आ गए। केड़े आ गए बच्चे? अपना विरोधी शब्द आ गया, याद रखियो उच्चा नीवा की है राजे, जुट सही नहीं है, बाकी सारा केड़े हैगे राजे अपने सही हैगे ने। लो राजे फतेहगढ़ साहिब दा पूर्वी हिस्सा ਵਿੱਚ ਕਿਹੜੀ ਬੋਲੀ ਬੋਲੀ ਜਾਂਦੀ ਹੈ, ਤੇ ਜੇ ਹੋ ਗਿਆ ਹੁਣ ਆਂਸਰ ਗਲਤ, ਚਲੋ ਫਿਰ ਕਿਹੜਾ ਆਪਾਂ ਕੁਝ ਕਹਿਣਾ ਤੁਹਾਨੂੰ। ਲਓ ਜੀ ਆਂਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ। ਦੱਸੋ ਰਾਜੇ ਮੁਲਤਾਨੀ, ਮਾਝੀ, ਮਲਵਈ, ਪੁਆਧੀ ਜਾਂ ਫਿਰ ਆਪਣੀ ਦੁਆਬੀ। ਪੁਆਧੀ ਬੋਲੀ ਜਾਂਦੀ ਹੈ, ਕੀ ਆਂਸਰ ਕੀ ਕੀਤਾ ਵੈਸੇ ਤੁਸੀਂ? ਆਯੋ ਰੱਬ, ਸੀ ਕਿਹਨੇ ਕਰਤਾ, ਮਲਵਈ ਕਿੱਥੋਂ ਆ ਗਿਆ? ਮੈਂ ਫਤਿਹਗੜ੍ਹ ਸਾਹਿਬ ਦਾ ਪੂਰਬੀ ਹਿੱਸਾ ਪੁੱਛਿਆ ਬੱਚੇ, ਮੈਂ ਫਤਿਹਗੜ੍ਹ ਸਾਹਿਬ ਦਾ ਪੂਰਬੀ ਹਿੱਸਾ ਪੁੱਛਿਆ ਹੈ ਰਾਜੇ, ਠੀਕ ਆ ਰਾਜੇ। ਹੁਣ ਦੇਖੋ ਪੁਆਧੀ, ਪਹਿਲੀ ਗੱਲ ਤਾਂ ਯਾਦ ਰੱਖਿਓ ਪੁਆਧ ਨੂੰ ਆਪਾਂ ਕੀ ਬੋਲਦੇ ਹੈਗੇ ਰਾਜੇ, ਚੜ੍ਹਦੇ ਵਾਲੇ ਪਾਸੇ ਦਾ ਅੱਧਾ ਹਿੱਸਾ ਨਾ, ਜਾਂ ਇਹਨੂੰ ਆਪਾਂ ਬੱਚੇ ਪਹਾੜ ਦੇ ਪੈਰਾਂ ਵਾਲਾ ਇਲਾਕਾ ਵੀ ਬੋਲਦੇ ਆ ਰਾਜੇ, ਪਹਾੜ ਦੇ ਪੈਰਾਂ ਵਾਲਾ ਇਲਾਕਾ ਨਾ, ਆਵੇ ਤੋਂ ਆਪਾਂ ਨੂੰ ਦਿਖਦੇ ਹੀ ਆ ਰੋਪੜ ਵਾਲੀ ਸਾਈਡ ਤੋਂ, ਇੱਥੇ ਆ ਸਾਹਮਣੇ ਪਹਾੜ ਹੀ ਪਹਾੜ ਹੈਗੇ ਨੇ ਰਾਜੇ, ਠੀਕ ਆ ਜੀ। ਜ਼ਿਲ੍ਹਾ ਰੂਪਨਗਰ ਆਪਣਾ ਰੋਪੜ ਹੋ ਗਿਆ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪਟਿਆਲਾ ਦਾ ਪੂਰਬੀ ਹਿੱਸਾ, ਸੰਗਰੂਰ ਦੇ ਮਲੇਰਕੋਟਲੇ ਵੱਲ ਦਾ ਏਰੀਆ ਆ ਗਿਆ ਰਾਜੇ, ਫਤਿਹਗੜ੍ਹ ਸਾਹਿਬ ਦਾ ਬੱਚੇ ਪੂਰਬੀ ਹਿੱਸਾ ਨਾ, ਤੇ ਆਪਣੇ ਅੰਬਾਲੇ ਵਿੱਚ ਹਰਿਆਣੇ ਵਿੱਚ ਅਗਰ ਆਪਾਂ ਦੇਖੀਏ ਅੰਬਾਲੇ ਦਾ ਥੋੜਾ ਪੱਛਮੀ ਹਿੱਸਾ, ਇੱਥੇ ਹਰ ਇੱਕ ਜਗ੍ਹਾ ਰਾਜੇ ਕੀ ਬੋਲੀ ਜਾਂਦੀ ਹੈ, ਆਪਣੀ ਪੁਆਧੀ ਬੋਲੀ ਜਾਂਦੀ ਹੈ ਰਾਜੇ। ਨੈਕਸਟ ਕੁਐਸਚਨ ਦੱਸੋ ਰਾਜੇ, ਹੇਠ ਲਿਖਿਆ ਵਿੱਚੋਂ ਸ਼ੁੱਧ ਵਾਕ ਚੁਣੋ। ਲਓ ਬੱਚੇ ਹੁਣ ਕਰੋ ਆਂਸਰ ਆਪਣੇ ਨੈਕਸਟ ਕੁਐਸਚਨ ਦਾ।
ਗੁਰਪ੍ਰੀਤ ਬੱਚੇ ਮੇਰੀ ਥੋੜੀ ਨਾ ਸਿਹਤ ਨਹੀਂ ਮੇਰੀ ਠੀਕ ਚੱਲ ਰਹੀ ਹੈ ਨਾ, ਮੈਂ ਬਣਾ ਰਹੀ ਹਾਂ ਕੁਐਸਚਨਸ ਦੋ ਵਾਰੀ, ਮੈਨੂੰ ਵੀ ਪਤਾ ਥੋੜਾ ਡੀਪ ਰੱਖਾਂਗੇ ਆਪਾਂ, ਹਲੇ ਮੇਰੀ ਤਬੀਅਤ ਨਹੀਂ ਠੀਕ ਹੈਗੀ, ਅੱਧੇ ਘੰਟੇ ਬਾਅਦ ਮੈਨੂੰ ਪ੍ਰੋਬਲਮ ਹੋਣ ਲੱਗ ਜਾਂਦੀ ਹੈ, ਕਿਉਂਕਿ ਮੇਰੇ ਤੋਂ ਖੜਿਆ ਨਹੀਂ ਆਉਂਦਾ ਹੈਗਾ, ਵੀਕਨੈਸ ਇਨਫੈਕਸ਼ਨ ਕਾਫੀ ਹੋਈ ਪਈ ਹੈ, ਜਸਟ ਮੈਂ ਕਲਾਸਿਸ ਲਗਾ ਰਹੀ ਹਾਂ, ਫਰਾਈ ਸੈਚਰਡੇ ਮੈਂ ਘਰ ਚੱਲ ਜਾਣਾ ਹੈਗਾ, ਫਾਈਨਲ ਆ, ਮਤਲਬ ਮੈਨੂੰ ਪਤਾ ਡ੍ਰਿਪਸ ਵਗੈਰਾ ਮੇਰੇ ਲੱਗਣੀ ਆ, ਮੈਨੂੰ ਆ ਜਾਣ ਤੋਂ ਇੱਕ ਵਾਰ ਠੀਕ ਹੋ ਜਾ, ਫਿਰ ਪ੍ਰੋਪਰ ਅਜੇ ਆਪਾਂ ਵਧੀਆ ਤਿਆਰੀ ਕਰਾਂਗੇ, ਠੀਕ ਆ? ਫਿਲਹਾਲ ਮੈਂ ਕੁਐਸਚਨ ਹੁਣ ਵੀ ਆਪਣੇ ਵਧੀਆ ਹੈਗੇ ਨੇ, ਠੀਕ ਆ ਰਾਜੇ? ਤੁਸੀਂ ਕਦੋਂ ਆਏ ਤਾਂ ਆਪਸ਼ਨ ਨੰਬਰ, ਬਿਲਕੁਲ ਤੁਸੀਂ ਕਦੋਂ ਆਏ ਹੈ ਨਾ, ਤਾਂ ਬਿਲਕੁਲ ਸਹੀ ਰਾਜੇ ਲਿਖਿਆ ਹੋਇਆ ਹੈਗਾ ਹੈ, ਕੋਜ ਇੱਥੇ ਸੱਸੇ ਦੇ ਉੱਪਰ ਬਿੰਦੀ ਨਹੀਂ ਪਈ ਹੋਏਗੀ ਰਾਜੇ ਆਪਣੇ, ਕਲੀਅਰ? ਚਲੋ ਨੈਕਸਟ ਦੇਖੋ ਰਾਜੇ, ਇਹਨਾਂ ਵਿੱਚੋਂ ਉਲਟੀ ਜੀਬੀ ਵਿਅੰਜਨ ਕਿਹੜੇ ਹਨ? ਹੁਣ ਬੱਚੇ ਆਂਸਰ ਗਲਤ ਨਹੀਂ ਹੋਣਾ ਚਾਹੀਦਾ, ਉਲਟੀ ਜੀਬੀ ਬੱਚੇ ਕਿਹੜੇ ਹੈਗੇ ਆਪਣੇ, ਕਰੋ ਚਲੋ ਕਰੋ ਆਂਸਰ, ਉਲਟੀ ਜੀਬੀ ਕਿਹੜੇ ਬਣਦੇ ਆ ਬੱਚੇ ਇਹਨਾਂ ਦੇ ਵਿੱਚੋਂ? ਆਂਸਰ ਗਲਤ ਨਹੀਂ ਹੋਣਾ ਚਾਹੀਦਾ, ਪ੍ਰੋਪਰ ਮੈਂ ਸਕਰੀਨਸ਼ਾਟ ਵੀ ਤੁਹਾਨੂੰ ਦਵਾਇਆ ਹੋਇਆ ਹੈਗਾ ਕਿ ਵੀ ਇਸਦਾ ਸਕਰੀਨਸ਼ਾਟ ਲੈ ਲਓ ਪ੍ਰੋਪਰ, ਠੀਕ ਆ ਰਾਜੇ? ਤਾਂ ਆਂਸਰ ਕਰੋ ਆਪਣੇ ਉਲਟੀ ਜੀਬੀ ਕਿਹੜੇ ਆ ਰਾਜੇ, ਤਾਂ ਉਲਟੀ ਜੀਬੀ ਰਾਜੇ ਮੈਂ ਤੁਹਾਨੂੰ ਕਿਹਾ ਸੀ ਜਦੋਂ ਆਪਾਂ ਬੋਲਦੇ ਹਾਂ ਤਾਂ ਆਪਣੀ ਜੀਭ ਉਲਟ ਜਾਂਦੀ ਆ, ਹਨਾ? ਸਾਰੇ ਦੱਸਿਆ ਕੰਠੀ ਕਿਹੜੀ ਲਾਈਨ ਬਣਦੀ ਆ, ਹੋਠੀ ਕਿਹੜੀ ਬਣਦੀ ਆ, ਹਨਾ, ਤੇ ਕੋਮਲ ਤਾਲਵੀ ਕਿਹੜੀ ਬਣਦੀ ਆ, ਦੰਤੀ ਕਿਹੜੀ ਬਣਦੀ ਆ ਰਾਜੇ, ਸੂਰਯੰਤਰੀ ਕਿਹੜਾ, ਤਾਂ ਆਪਣਾ ਆਪਸ਼ਨ ਨੰਬਰ 1 ਆਂਸਰ ਆਏਗਾ ਇਸਦਾ, ਠੀਕ ਆ ਰਾਜੇ? ਆਪਣੀ ਉਲਟੀ ਜੀਭੀ ਆਏ। ਨਰਮ ਸ਼ਬਦ ਦਾ ਵਿਪਰੀਤ ਕੀ ਆ ਰਾਜੇ? ਸੌਖਾ ਹੀ ਆ, ਨਰਮ ਹੋ ਗਿਆ ਚੀਜ਼ ਕੋਈ, ਤੇ ਫਿਰ ਉਹ ਉਲਟ ਕਿਹੜਾ ਹੋ ਗਿਆ ਰਾਜੇ? ਆਪਣਾ ਸਖਤ ਹੋ ਗਿਆ ਨਾ, ਇਸ ਤੇ ਆਪਾਂ ਟਾਈਮ ਵੇਸਟ ਨਹੀਂ ਕਰਾਂਗੇ ਕੁਐਸਚਨ ਤੇ। ਬਾਕੀ ਰਾਜੇ ਆ ਪੀਟੀਆਈ ਦਾ ਬੈਚ ਹੈਗਾ ਆਪਣਾ, ਸੋਰੀ, ਓਕੇ ਓਕੇ, ਇਹ ਤਾਂ ਆਪਣੀ ਟੈਸਟ ਸੀਰੀਜ਼ ਆ ਬੱਚੇ, ਠੀਕ ਆ? ਪੂਰੇ 1 ਸਾਲ ਦੀ ਵੈਲਿਡਿਟੀ ਹੈਗੀ ਆ, ਓਨਲੀ 300 ਦੇ ਵਿੱਚ ਰਾਜੇ ਆਪਣੀ ਟੈਸਟ ਸੀਰੀਜ਼ ਹੈਗੀ ਆ, ਇੰਗਲਿਸ਼ ਪੰਜਾਬੀ ਦੋਨੋਂ ਦੇ ਵਿੱਚ ਰਾਜੇ ਤੁਹਾਨੂੰ ਮਿਲਣਗੇ ਕੁਐਸਚਨਸ, ਜਿਨ੍ਹਾਂ ਨੇ ਨਹੀਂ ਬਾਏ ਕੀਤੀ ਰਾਜੇ ਜਾ ਕੇ ਤੁਸੀਂ ਜ਼ਰੂਰ ਬਾਏ ਕਰੋ, ਠੀਕ ਆ ਰਾਜੇ? ਲਓ ਰਾਜੇ, ਨਾਮ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਦੇਖੋ ਆਪਾਂ ਨੂੰ ਪਤਾ ਰਾਜੇ ਨਾਮ ਕਿੰਨੀ ਪ੍ਰਕਾਰ ਦੇ ਹੁੰਦੇ, ਆਪਣੇ 5 ਪ੍ਰਕਾਰ ਦੇ ਹੁੰਦੇ ਹਨ, ਤਾਂ ਸਭ ਨੂੰ ਪਤਾ ਹੈਗਾ ਆਪਣਾ, ਬਟ ਆਪਾਂ ਨੂੰ ਪਤਾ ਹੋਣੇ ਚਾਹੀਦੇ ਰਾਜੇ ਕਿਹੜੇ ਕਿਹੜੇ। ਦੇਖੋ ਨਿੱਜਵਾਚਕ ਨੂੰ ਕੀ ਆ ਰਾਜੇ? ਆਪਾਂ ਖਾਸ ਨਾਮ ਵੀ ਬੋਲਦੇ ਹਾਂ, ਇਹਨਾਂ ਦੇ ਅਦਰ ਨਾਮ ਆਪਾਂ ਨੂੰ ਪਤਾ ਹੋਣੇ ਚਾਹੀਦੇ ਨੇ, ਨਿੱਜਵਾਚਕ ਨੂੰ ਆਪਾਂ ਖਾਸ ਨਾਮ ਵੀ ਬੋਲਦੇ ਹਾਂ ਰਾਜੇ। ਦੇਖੋ ਜਿੱਦਾਂ ਆਪਣਾ ਅੰਮ੍ਰਿਤਸਰ ਸਾਹਿਬ, ਸਟੇਟ ਬੈਂਕ ਆਫ ਇੰਡੀਆ, ਆਪਣੇ ਗੁਰੂ ਨਾਨਕ ਦੇਵ ਜੀ, ਚੰਡੀਗੜ੍ਹ, ਦਿੱਲੀ, ਪ੍ਰਧਾਨ ਮੰਤਰੀ, ਸੁਪਰੀਮ ਕੋਰਟ, ਇਹ ਸਾਰੇ ਕੀ ਆ ਰਾਜੇ? ਖਾਸ ਨਾਮ ਹੈਗੇ ਆ। ਫਿਰ ਆਪਣਾ ਜਾਤੀਵਾਚਕ ਆਪਾਂ ਆਮ ਨਾਮ ਬੋਲਦੇ ਹੈਗੇ, ਠੀਕ ਆ ਰਾਜੇ? ਜਿਹੜੇ ਆਪਣੇ ਸਾਰੇ ਸਿੰਪਲ ਆਮ ਨਾਮ ਹੈਗੇ ਨੇ ਰਾਜੇ। ਫਿਰ ਨੈਕਸਟ ਦੇਖੋ ਆਪਣੇ ਕਿਹੜੇ ਆ ਜਾਂਦਾ ਹੈਗਾ ਰਾਜੇ? ਸਮੂਹ ਵਾਚਕ ਮੀਨਸ ਇਕੱਠ ਵਾਚਕ ਕਿਹੜੇ ਕਿਹੜੇ ਬਣਦੇ ਹੈਗੇ ਨੇ ਪਤਾ ਹੋਣਾ ਚਾਹੀਦਾ। ਟੋਲੀ, ਜਥਾ, ਜੰਜ, ਢੇਰ, ਡਾਰ ਹੋ ਗਈ, ਸਾਰੇ ਆਪਣੇ ਇਕੱਠ ਵਾਚਕ ਨੇ ਰਾਜੇ। ਪਦਾਰਥ ਜਾਂ ਵਸਤੂ ਵਾਚਕ ਰਾਜੇ ਆਪਾਂ ਕਿਸ ਨੂੰ ਕਹਿੰਦੇ ਹੈਗੇ ਆ? ਉਹ ਕਹਿੰਦੇ ਆ ਰਾਜੇ ਜਿਸ ਤੋਂ ਕੋਈ ਤੋਲ ਸਕੀਏ ਚੀਜ਼, ਜਾਂ ਆਪਾਂ ਮਿਣ ਸਕੀਏ, ਨਾ ਤੋਲ ਸਕੀਏ ਜਾਂ ਆਪਾਂ ਮਿਣ ਸਕੀਏ, ਉਹ ਸਾਰੇ ਪਦਾਰਥ ਵਾਚਕ ਚਾਹੁੰਦੇ, ਜਿਵੇਂ ਆਪਣਾ ਦੁੱਧ ਹੋ ਗਿਆ, ਪਾਣੀ ਹੋ ਗਿਆ ਬੱਚੇ, ਤੇਲ ਹੋ ਗਿਆ, ਸੋਨਾ ਹੋ ਗਿਆ, ਸਾਰੇ ਆਪਣੇ ਪਦਾਰਥ ਨੇ, ਠੀਕ ਆ ਰਾਜੇ? ਤੇ ਭਾਵਵਾਚਕ ਦਾ ਫਿਰ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹੀ ਹੋਇਆ ਹੈਗਾ, ਭਾਵਵਾਚਕ ਬਸ ਫਿਰ ਆਪਣੇ ਭਾਵ। ਇੱਕ ਚੀਜ਼ ਹੋਰ ਯਾਦ ਰੱਖਿਓ, ਜਿਹੜੇ ਆਪਣੇ ਭਾਵਵਾਚਕ ਆ ਨਾ ਉਹਨਾਂ ਨੂੰ ਆਪਾਂ ਸਿਰਫ ਮਹਿਸੂਸ ਕਰ ਸਕਦੇ ਹਾਂ, ਗਰੀਬੀ ਹੁਣ ਸਿਰਫ ਮਹਿਸੂਸ ਹੋ ਸਕਦੀ ਆ, ਸੁੰਦਰਤਾ ਆਪਣੀ ਮਹਿਸੂਸ ਹੋ ਸਕਦੀ ਆ, ਉਹਨੂੰ ਟੱਚ ਤਾਂ ਨਹੀਂ ਕਰ ਸਕਦੇ ਨਾ, ਸੁੰਦਰ ਵੀ ਕੋਈ ਇਨਸਾਨ ਇੰਨੀ ਉਹਦੀ ਸੁੰਦਰਤਾ ਇੰਨੀ ਆਪਾਂ ਉਹਨੂੰ ਟੱਚ ਨਹੀਂ ਕਰ ਸਕਦੇ। ਹੁਣ ਗਰਮੀ ਹੋ ਗਈ, ਸਰਦੀ ਹੋ ਗਈ, ਸਿਰਫ ਮਹਿਸੂਸ ਕੀਤੀ ਜਾ ਸਕਦੀ ਆ। ਹੁਣ ਇਹ ਤਾਂ ਹੈ ਨਹੀਂ ਵੀ ਹੁਣ ਇੰਨੀ ਗਰਮੀ ਹੈ ਤੇ ਮੈਂ ਉਹਨੂੰ ਜਾ ਕੇ ਹੱਥ ਲਾ ਲੂੰਗੀ ਬੱਚੇ, ਠੀਕ ਆ? ਨਹੀਂ, ਇਹ ਆਪਣੇ ਥੋੜੇ ਅੱਗੇ ਇਹਨਾਂ ਦੀਆਂ ਡਿਟੇਲ ਯਾਦ ਰੱਖਿਓ ਵੀ ਕਿਹੜੇ ਕਿਹੜੇ ਵਰਡਸ ਆਉਂਦੇ ਨੇ। ਹੁਣ ਖੁਸ਼ੀ ਹੋ ਗਿਆ, ਸੁੱਖ, ਦੁੱਖ ਹੋ ਗਿਆ ਰਾਜੇ, ਸਾਰੇ ਆਪਣੇ ਭਾਵਵਾਚਕ ਨੇ।
ਆਪਾਂ ਸਿਰਫ ਇਹਨਾਂ ਨੂੰ ਮਹਿਸੂਸ ਕਰ ਸਕਦੇ ਹਾਂ, ਰੋ ਸਕਦੇ ਹਾਂ, ਬਟ ਇਹਨਾਂ ਨੂੰ ਟੱਚ ਨਹੀਂ ਕਰ ਸਕਦੇ ਬੱਚੇ, ਕਲੀਅਰ? ਨਾ ਇਹਨਾਂ ਨੂੰ ਆਪਾਂ ਦੇਖ ਸਕਦੇ ਹਾਂ। ਹੁਣ ਦੁੱਖ ਦੇਖ ਸਕਦੇ ਹੋ ਤੁਸੀਂ, ਪਰ ਦੇਖਦੇ ਹੀ ਆ ਨਾ, ਅਗਰ ਆਪਾਂ ਉਦਾਂ ਦੇਖੀਏ ਦੇਖਦੇ ਹੀ ਆ ਦੁੱਖ, ਬਟ ਅਕੋਰਡਿੰਗ ਟੂ ਵਿਆਕਰਨ ਹੈ ਨਾ ਜੀ, ਅਕੋਰਡਿੰਗ ਟੂ ਵਿਆਕਰਨ ਹੁਣ ਆਪਾਂ ਦੁੱਖ ਨਹੀਂ ਦੇਖ ਸਕਦੇ। ਕਲੀਅਰ ਰਾਜੇ ਸਾਰਿਆਂ ਨੂੰ? ਲਓ ਰਾਜੇ, ਜੈਬ ਸ਼ਬਦ ਦਾ ਸਹੀ ਪੰਜਾਬੀ ਅਨੁਵਾਦ ਕੀ ਹੈ ਰਾਜੇ? ਜੈਬ ਦੱਸੋ ਰਾਜੇ, ਜੈਬ ਦਾ ਮਤਲਬ ਕੀ ਹੁੰਦਾ? ਕਾਲ, ਚੋਬ, ਬਕਵਾਸ ਜਾਂ ਫਿਰ ਬੱਚੇ ਬੁੜਬੁੜ ਕਰਨਾ? ਲਓ ਰਾਜੇ ਆਂਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ। ਮਿਸ ਪਟਵਾਰਨ ਕਿੱਥੇ ਪਾਈ ਸੀ ਬੱਚੇ, ਕਿਹੜੇ ਚੈਨਲ ਤੇ? ਮੈਨੂੰ ਦੱਸ ਦਿਓ, ਆਪਾਂ ਕਰਵਾ ਦਾਂਗੇ। ਡੋਂਟ ਵਰੀ, ਸਿਫਤ ਪੁੱਲਰ ਇੰਨੇ ਦਿਨਾਂ ਬਾਅਦ ਆਏ ਹੋ ਨਾ ਤੁਸੀਂ ਰਾਜੇ। ਚੋਬ, ਜੈਬ ਦਾ ਮਤਲਬ ਕੀ ਹੁੰਦਾ? ਚੋਬ, ਚੋਬ, ਠੀਕ ਹੈ ਰਾਜੇ, ਆਪਣਾ ਸਬ ਇੰਸਪੈਕਟਰ ਚ ਕੁਐਸਚਨ ਆਇਆ ਹੋਇਆ ਸੀਗਾ। ਲਓ ਰਾਜੇ, ਰਾਗ ਸ਼ਬਦ ਦਾ ਇਸਤਰੀ ਲਿੰਗ ਚੁਣੋ। ਰਾਗਣ ਹੋ ਗਿਆ, ਰਾਗਨੀ ਹੋ ਗਿਆ, ਰਾਗਣ ਹੋ ਗਿਆ ਜਾਂ ਫਿਰ ਰਾਗਨੀ ਹੋ ਗਿਆ ਰਾਜੇ। ਲਓ ਆਂਸਰ ਕਰੋ, ਨੈਕਸਟ ਕੁਐਸਚਨ ਆਂਸਰ ਕਰੋ ਬੱਚੇ, ਆਪਣਾ ਕੀ ਆਏਗਾ? ਕਿਉਂਕਿ ਫਾਸਟ ਆਂਸਰ ਆਣੇ ਚਾਹੀਦੇ ਰਾਜੇ, ਹਰ ਇੱਕ ਬੱਚੇ ਦੇ ਕੀ ਆਂਸਰ ਆਣਗੇ ਰਾਜੇ, ਮੈਨੂੰ ਆਂਸਰ ਕਰੋ। ਰਾਗ ਦਾ ਕੀ ਆਏਗਾ? ਰਾਗਨੀ। ਕੀ ਆਏਗਾ ਬੱਚੇ? ਆਪਣਾ ਰਾਗਨੀ ਆਏਗਾ ਰਾਜੇ, ਕਲੀਅਰ? ਨਾਣੇ ਨਾਲ ਆਏਗਾ, ਨੰਨੇ ਨਾਲ ਨਹੀਂ ਆਏਗਾ। ਆਪਸ਼ਨ ਨੰਬਰ ਬੀ ਆਂਸਰ ਆਏਗਾ, ਜਿਨ੍ਹਾਂ ਨੇ ਆਂਸਰ ਬੀ ਕੀ, ਰਾਗਣ ਕਿਉਂ ਹੋਏਗਾ ਵੀ, ਰਾਗਨੀ ਹੋਏਗਾ। ਪੰਜਾਬੀ ਦੀ ਲਿਖਤੀ ਭਾਸ਼ਾ ਕਿਹੜੀ ਹੈ ਜੀ? ਇੱਕ ਮਿੰਟ, ਇੱਕ ਸੈਕਿੰਡ, ਇੱਕ ਸੈਕਿੰਡ ਰੁਕੋ, ਇੱਥੇ ਮੈਂ ਇੱਕ ਆਪਸ਼ਨ ਹੋਰ ਪਾਉਂਦੀ ਹਾਂ, ਆਪਣੀ ਮਲਵਈ। ਹੁਣ ਕਰਿਓ ਬੱਚੇ ਆਂਸਰ, ਆਂਸਰ ਆਉਣਾ ਚਾਹੀਦਾ ਰਾਜੇ, ਧਿਆਨ ਨਾਲ, ਧਿਆਨ ਨਾਲ ਮੈਨੂੰ ਆਂਸਰ ਆਉਣਾ ਚਾਹੀਦਾ। ਇਸ ਕੁਐਸਚਨ ਦਾ ਆਂਸਰ ਗਲਤ ਨਹੀਂ ਹੋਣਾ ਚਾਹੀਦਾ। ਇੱਕ ਆਪਸ਼ਨ ਮੈਂ ਹੋਰ ਪਾਤੀ ਆ, ਮਲਵਈ। ਹੁਣ ਕਰੋ ਰਾਜੇ ਆਂਸਰ, ਆਪਣਾ ਕੀ ਆਏਗਾ? ਆਂਸਰ ਨਾ ਬੱਚੇ ਗਲਤ ਕਰ ਦਿਓ, ਪਹਿਲਾਂ ਹੀ ਦੱਸਤਾ ਮੈਂ, ਠੀਕ ਹੈ ਰਾਜੇ। ਮਾਝੀ, ਪੋਠੋਹਾਰੀ, ਦੁਆਬੀ ਹੋ ਗਿਆ, ਪੁਆਧੀ ਹੋ ਗਿਆ ਬੱਚੇ, ਜਾਂ ਫਿਰ ਆਪਣਾ ਮਲਵਈ ਹੋ ਗਿਆ। ਆਂਸਰ ਕਰੋ ਜੀ ਆਪਣੇ ਨੈਕਸਟ ਕੁਐਸਚਨ ਦਾ। ਕਿਆ ਬਾਤ ਆ, ਮਾਝੀ ਆਏਗਾ, ਬਿਲਕੁਲ ਮਾਝੀ ਆਏਗਾ। ਆਪਣੀ ਕਿਹੜੀ ਹੈਗੀ ਹੈ ਰਾਜੇ, ਯਾਦ ਰੱਖਿਓ, ਆਪਣੀ ਦਫ਼ਤਰੀ ਭਾਸ਼ਾ ਵੀ ਆਪਾਂ ਰਾਜੇ ਇਸੇ ਕੋ ਬੋਲਤੇ ਹੈ। ਹਮਾਰੀ ਮਿਆਰੀ ਹੋਗੀ ਰਾਜੇ, ਇਸੇ ਕੋ ਬੋਲਤੇ ਹੈ। ਟਕਸਾਲੀ ਹੋਗੀ ਰਾਜੇ, ਹੋਰ ਕਿਹੜੀ ਹੁੰਦੀ ਹੈ? ਦਫ਼ਤਰੀ, ਮਿਆਰੀ, ਟਕਸਾਲੀ, ਲਿਖਤੀ ਭਾਸ਼ਾ ਹੋਗੀ, ਇਹਨੂੰ ਹੀ ਆਪਾਂ ਕੇਂਦਰੀ ਭਾਸ਼ਾ ਬੋਲਦੇ ਹਾਂ ਰਾਜੇ, ਠੀਕ ਆ, ਯਾਦ ਰੱਖਿਓ। ਹੋਰ ਕੋਈ ਨਾਮ ਰਹਿ ਗਿਆ? ਇੱਕ ਆਪਣੀ ਸਾਹਿਤਿਕ ਹੋਗੀ ਰਾਜੇ, ਇਸੇ ਨੂੰ ਆਪਾਂ ਕੀ ਬੋਲਦੇ ਹਾਂ? ਸਾਹਿਤਿਕ ਬੋਲਦੇ ਹਾਂ। ਸਾਰੇ ਦੇ ਸਾਰੇ ਪੁਆਇੰਟਸ ਰੱਖਿਓ ਬੱਚੇ ਆਪਣੇ ਯਾਦ। ਵੈਰੀ ਗੁੱਡ, ਜਿਨ੍ਹਾਂ ਨੇ ਆਂਸਰ ਏ ਕੀਤਾ, ਮੈਨੂੰ ਤਾਂ ਐਵੇਂ ਸੀ ਵੀ ਕਿਤੇ ਮਲਵਈ ਨਾ ਕਰ ਦੋ। ਚਲੋ ਜੀ ਨੈਕਸਟ ਕੁਐਸਚਨ ਦੇਖੋ ਰਾਜੇ। ਹੁਣ ਦੇਖੋ ਮਾਝੀ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਿਆ ਸੀਗਾ, ਅਗਰ ਆਪਾਂ ਮੈਪ ਤੁਹਾਨੂੰ ਆਉਂਦਾ ਹੈਗਾ ਤਾਂ ਜਦੋਂ ਆਪਾਂ ਇੱਧਰ ਦੇਖੋ ਪਾਕਿਸਤਾਨ ਨਾਲ ਬਾਰਡਰ ਲੱਗਦਾ, ਇੱਧਰ ਆਪਣਾ ਪੰਜਾਬ ਆ ਗਿਆ, ਤਾਂ ਬਿਲਕੁਲ ਸੈਂਟਰ ਵਾਲਾ ਜਿਹੜੀ ਆਪਣੀ ਆਹ ਪੱਟੀ ਜੀ ਬਣਦੀ, ਆਪਣਾ ਮਾਝਾ ਬਣਦਾ ਨਾ, ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ, ਪਠਾਨਕੋਟ, ਠੀਕ ਹੈ ਰਾਜੇ, ਕਿੱਧਰ ਗਿਆ ਆਪਣਾ ਕੁਐਸਚਨ? ਓਕੇ, ਮਾਝੀ ਦਾ ਮੂਲ ਅਰਥ ਕੀ ਸੀਗਾ ਰਾਜੇ? ਮੱਧ ਦਾ ਨਾ, ਵਿਚਕਾਰ ਦਾ, ਕੇਂਦਰ ਦਾ, ਤਾਂ ਹੀ ਇਹਨੂੰ ਆਪਾਂ ਕੇਂਦਰੀ ਭਾਸ਼ਾ ਬੋਲਦੇ ਹਾਂ ਰਾਜੇ, ਕੋ ਜਦੋਂ ਡਿਵੀਜ਼ਨ ਹੋਈ ਹੈ ਤਾਂ ਬਿਲਕੁਲ ਸੈਂਟਰ ਦੇ ਵਿੱਚ ਸੀਗਾ ਰਾਜੇ, ਕਲੀਅਰ? ਹੁਣ ਮਾਝਾ ਆਉਂਦਾ ਕਿਹਦੇ ਕਿਹਦੇ ਵਿੱਚ ਹੈਗਾ ਰਾਜੇ? ਆਪਾਂ ਨੂੰ ਪਤਾ ਰਾਵੀ ਤੇ ਬਿਆਸ ਦਰਿਆਵਾਂ ਦੇ ਵਿੱਚ ਵਾਲਾ ਜਿਹੜਾ ਇਲਾਕਾ ਹੈਗਾ ਉਹ ਸਾਰੇ ਦਾ ਸਾਰਾ ਕਿਹੜਾ ਹੈਗਾ ਰਾਜੇ? ਮਾਝਾ ਆਉਂਦਾ ਹੈਗਾ। ਸਿਕਸ ਯਾਦ ਆ ਸਭ ਨੂੰ, ਇੰਡਸ, ਜੇਲਮ, ਚਨਾਬ, ਰਾਵੀ, ਬਿਆਸ, ਸਤਲੁਜ, ਸਾਰੇ ਦੱਸੇ ਹੋਏ ਹੈਗੇ ਰਾਜੇ, ਮੇਰੇ ਅਕੋਰਡਿੰਗ ਤੁਹਾਨੂੰ ਆਉਂਦਾ ਹੈਗਾ ਰਾਜੇ।
ਹੁਣ ਦੇਖੋ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਇਹ ਤਾਂ ਹੈਗੇ ਹੀ ਹੈਗੇ ਨੇ। ਬਟਾਲਾ ਹੋ ਗਿਆ ਰਾਜੇ, ਤੇ ਪਾਕਿਸਤਾਨ ਦੇ ਵਿੱਚ ਜੇ ਆਪਾਂ ਗੱਲ ਕਰੀਏ ਲਾਹੌਰ ਤੇ ਸਿਆਲਕੋਟ, ਤੇ ਜਿੰਨਾ ਵੀ ਆਪਣਾ ਬਿਆਸ ਰਿਵਰ ਦੇ ਨਾਲ ਵਾਲਾ ਜਿੰਨਾ ਵੀ ਏਰੀਆ ਹੈਗਾ ਬੱਚੇ, ਸਾਰੀ ਜਗ੍ਹਾ ਕੀ ਵਰਤੀ ਜਾਂਦੀ ਹੈ? ਆਪਣੀ ਮਾਝੀ ਭਾਸ਼ਾ ਵਰਤੀ ਜਾਂਦੀ ਹੈ। ਲਓ ਜੀ ਨੈਕਸਟ ਦੱਸੋ ਰਾਜੇ, ਹੇਠ ਲਿਖਿਆਂ ਵਿੱਚੋਂ ਕਿਹੜਾ ਵਾਕ ਸਹੀ ਹੈ? ਤਾਂ ਸੋ ਈਜ਼ੀ ਬੱਚੇ, ਕਿਹੜਾ ਬਣਦਾ ਹੈਗਾ? ਆਪਾਂ ਵਿਦਆਊਟ ਵੇਸਟਿੰਗ ਟਾਈਮ ਕਰਦੇ ਹੈਗੇ ਇਸ ਕੁਐਸਚਨ ਦਾ ਆਨਸਰ। 30 ਕੁਐਸਚਨਸ ਹੈਗੇ ਨੇ ਰਾਜੇ ਅੱਜ, ਤੇ ਮੈਂ ਐਂਡ ਤੇ ਸਕੋਰ ਪੁੱਛਣਾ ਤੁਹਾਡੇ ਕਿੰਨੇ ਸਹੀ ਹੋਏ ਨੇ ਕਿੰਨੇ ਗਲਤ ਹੋਏ ਆ ਰਾਜੇ। ਤਾਂ ਕਿਹੜਾ ਹੈਗਾ ਬੱਚੇ ਆਪਣਾ? ਸੋ ਈਜ਼ੀ, ਘੋੜ ਸਵਾਰ ਪਾਣੀ ਪੀ ਕੇ ਵਾਪਸ ਚਲਾ ਗਿਆ। ਘੋੜ ਸਵਾਰ ਪਾਣੀ ਪੀ ਕੇ ਵਾਪਸ ਚਲਾ ਗਿਆ, ਠੀਕ ਆ ਰਾਜੇ। ਲੋ ਨੈਕਸਟ ਦੱਸੋ ਰਾਜੇ, ਹੇਠ ਲਿਖੇ ਤਖ਼ਤ ਸਾਹਿਬ ਵਿੱਚੋਂ ਕਿਹੜਾ ਤਖ਼ਤ ਸਾਹਿਬ ਨੰਦੇੜ ਸਾਹਿਬ ਵਿੱਚ ਸਥਿਤ ਹੈ? ਲਓ ਰਾਜੇ ਹੁਣ ਕਰੋ ਆਨਸਰ ਆਪਣਾ। ਪਟਨਾ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ ਬੱਚੇ, ਤਖ਼ਤ ਸ੍ਰੀ ਹਜ਼ੂਰ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ, ਜਾਂ ਫਿਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ। ਦਮਦਮਾ ਸਾਹਿਬ ਕੌਣ ਆਨਸਰ ਕਰ ਰਿਹਾ? ਪਰਮਜੀਤ ਕੌਰ, ਸੀ ਆਨਸਰ ਕਿਵੇਂ ਆ ਗਿਆ ਬੱਚੇ? ਇਹ ਤਾਂ ਤਲਵੰਡੀ ਸਾਬੋ ਆ। ਹਾਏ ਓ ਰੱਬਾ, ਹੁਣ ਇਹ ਵੀ ਆਨਸਰ ਗਲਤ ਕਰੋਗੇ? ਦਮਦਮਾ ਸਾਹਿਬ ਨਹੀਂ ਆਏਗਾ, ਹਜ਼ੂਰ ਸਾਹਿਬ ਆਏਗਾ ਰਾਜੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਆਪਣਾ ਹਜ਼ੂਰ ਸਾਹਿਬ ਆਏਗਾ ਰਾਜੀ, ਠੀਕ ਆ। ਦੇਖੋ ਸ੍ਰੀ ਅਕਾਲ ਤਖ਼ਤ ਸਾਹਿਬ, ਜਿਸਨੂੰ ਆਪਾਂ ਅਕਾਲ ਬੰਗਾ ਵੀ ਬੋਲਦੇ ਹਾਂ ਰਾਜੀ, ਆਪਣਾ ਪਹਿਲਾ ਤਖ਼ਤ ਸਾਹਿਬ ਸੀਗਾ ਅੰਮ੍ਰਿਤਸਰ ਸਾਹਿਬ, ਉਹ ਆਪਣੇ ਦਰਬਾਰ ਸਾਹਿਬ ਦੀ ਬਿਲਕੁਲ ਰਾਈਟ ਸਾਈਡ ਤੇ ਹੈਗਾ ਰਾਜੇ, ਦਰਸ਼ਨ ਡਿਊਟੀ ਤੇ, ਯਾਦ ਰੱਖਿਓ। ਤੇ ਆਪਣੀ 6ਵੀਂ ਪਾਤਸ਼ਾਹੀ ਨੇ ਰਾਜੇ ਬਣਾਇਆ ਸੀਗਾ, ਯਾਦ ਰੱਖਿਓ, ਕਲੀਅਰ ਰਾਜੇ। ਨੈਕਸਟ ਦੇਖੋ ਆਪਣਾ ਤਖ਼ਤ ਸ੍ਰੀ ਦਮਦਮਾ ਸਾਹਿਬ ਆਪਣਾ ਬੱਚੇ, ਉਹੀ ਤਖ਼ਤ ਸਾਹਿਬ ਜਿੱਥੇ ਆਪਣੀ 10ਵੀਂ ਪਾਤਸ਼ਾਹੀ ਨੇ ਬੈਠ ਕੇ ਦਮ ਲਿਆ ਸੀਗਾ, ਉੱਥੇ ਹੀ ਗੁਰਦੁਆਰਾ ਲਿਖਣਸਰ ਸਾਹਿਬ ਬਣਿਆ ਹੋਇਆ ਹੈਗਾ। ਉੜਾੜਾ ਸਾਰੇ ਲਿਖ ਕੇ ਹੀ ਆਏ ਹੋਣਗੇ, ਹੋਪ ਸੋ, ਠੀਕ ਆ ਰਾਜੇ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਪਣਾ ਆਨੰਦਪੁਰ ਬੱਚੇ, ਉਹੀ ਤਖ਼ਤ ਸਾਹਿਬ ਜਿੱਥੇ ਖਾਲਸਾ ਪੰਥ ਦੀ ਸਥਾਪਨਾ ਹੋਈ ਹੈ, ਆਪਣੀ 9ਵੀਂ ਪਾਤਸ਼ਾਹੀ ਨੇ ਰਾਜੇ ਬਣਾਇਆ ਸੀ, ਚੱਕ ਨਾਨਕੀ ਬੋਲਦੇ ਆ, ਇਹ ਆਪਣੇ ਦੋਨੋਂ ਰਣਜੀਤ ਸਿੰਘ ਜੀ ਨੇ ਬਣਾਏ ਸੀਗੇ। ਤਖ਼ਤ ਸ੍ਰੀ ਪਟਨਾ ਸਾਹਿਬ ਜਿੱਥੇ ਆਪਣੇ 10ਵੇਂ ਗੁਰੂ ਜੀ ਦਾ ਜਨਮ ਹੋਇਆ ਹੈਗਾ ਰਾਜੇ, ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਜਿੱਥੇ ਆਪਣੇ ਗੁਰੂ ਜੀ ਅਸੈਸੀਨੇਟਡ ਹੋਏ ਸੀਗੇ। ਕਲੀਅਰ ਬੱਚੇ ਸਾਰਿਆਂ ਨੂੰ? ਚਲੋ ਜੀ ਨੈਕਸਟ ਕੁਐਸਚਨ ਦੇਖੋ ਰਾਜੇ ਆਪਣਾ ਕੀ ਆਏਗਾ। ਹੱਥਾਂ ਦੇ ਤੋਤੇ ਉੱਡਣਾ, ਲਓ ਰਾਜੇ ਹੁਣ ਕਰੋ ਆਨਸਰ। ਹੱਥਾਂ ਦੇ ਤੋਤੇ ਉੱਡਣਾ ਮੁਹਾਵਰੇ ਦਾ ਕੀ ਅਰਥ ਹੈ? ਹੱਥਾਂ ਤੋਂ ਧੇਲੇ ਡਿੱਗਣਾ, ਤਲੀਆਂ ਤੋਂ ਗਿੱਟੇ ਡਿੱਗਣਾ, ਹੱਥਾਂ ਤੋਂ ਕੁਛ ਤਿਲਕ ਜਾਣਾ, ਜਾਂ ਫਿਰ ਬਹੁਤ ਡਰ ਜਾਣਾ? ਲਓ ਬੱਚੇ ਆਨਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ। ਐਂਡ ਤੇ ਬੱਚੇ ਮੈਂ ਤੁਹਾਡੇ ਤੋਂ ਸਕੋਰ ਪੁੱਛਣਾ ਹੈਗਾ, ਕਿੰਨਾ ਸਕੋਰ ਬਣਿਆ ਹੈਗਾ ਤੁਹਾਡਾ? ਕੱਲ ਤੋਂ ਐਗਜ਼ੈਕਟ 2 ਵਜੇ ਕਲਾਸ ਹੋਇਆ ਕਰੇਗੀ, ਅੱਜ ਆਪਣੇ ਸਰ ਦੀ ਕਲਾਸ ਚੱਲ ਰਹੀ ਸੀ ਤਾਂ ਹੀ ਥੋੜੀ ਜਿਹੀ ਲੇਟ ਹੋ ਗਈ ਬੱਚੇ। ਤਾਂ ਹੱਥਾਂ ਦੇ ਤੋਤੇ ਉੱਡਣਾ ਮੀਨਸ ਬਹੁਤ ਡਰ ਜਾਣਾ, ਬਹੁਤ ਡਰ ਜਾਣਾ ਰਾਜੇ। ਓਕੇ, ਬਾਕੀ ਰਾਜੇ ਆਪਣਾ ਪੀਟੀਆਈ ਦਾ ਬੈਚ ਹੈਗਾ, ਜਿਹੜੇ ਆਪਣੇ ਉਹ ਫਿਜ਼ੀਕਲ ਹੁੰਦੇ ਨੀ ਹੈਗੇ ਟੀਚਰ, ਪੀਟੀ ਟੀਚਰ ਹੁੰਦੇ ਹੈਗੇ ਰਾਜੇ, ਠੀਕ ਆ, ਉਹਨਾਂ ਦਾ ਬੈਚਸ ਹੈਗਾ। ਤੇ ਉਸ ਦਿਨ ਮੈਂ ਪਾਈ ਸੀਗੀ, ਆਪਣੇ ਐਂਡ ਆਫ ਅਕਤੂਬਰ ਦੇ ਵਿੱਚ ਹੋ ਜਾਏਗਾ ਰਾਜੇ, ਠੀਕ ਆ। ਤੇ ਤੁਸੀਂ ਬੈਚ ਹੁਣੀ ਜਾ ਕੇ ਪਰਚੇਸ ਕਰੋ, ਜਿਹੜੇ ਪੀਟੀਆਈ ਦਾ ਫਾਰਮ ਫਿਲ ਕਰ ਸਕਦੇ ਨੇ, ਇੰਪੋਰਟੈਂਟ ਹੈਗਾ ਰਾਜੇ, ਮੇਰੇ ਅਕੋਰਡਿੰਗ ਲੈਣਾ ਚਾਹੀਦਾ ਹੈਗਾ, ਕੋਰਸ ਤਿਆਰੀ ਆਪਾਂ ਨੂੰ ਐਡਵਾਂਸ ਦੇ ਵਿੱਚ ਹੀ ਰਾਜੇ ਰੱਖਣੀ ਚਾਹੀਦੀ ਆ। ਚਲੋ ਨੈਕਸਟ ਦੇਖੋ ਰਾਜੇ ਆਪਣਾ, ਸਿਰਸਾ ਹਰਿਆਣਾ ਵਿੱਚ ਕਿਹੜੀ ਉਪ ਬੋਲੀ ਬੋਲੀ ਜਾਂਦੀ ਆ? ਹੁਣ ਨਾ ਆਨਸਰ ਕਰ ਦਿਓ ਰਾਜੇ ਆਪਣੇ ਇਸ ਕੁਐਸਚਨ ਦਾ, ਮੁਲਤਾਨੀ, ਮਾਝੀ, ਪੁਆਧੀ, ਜਾਂ ਫਿਰ ਦੁਆਬੀ? ਆਨਸਰ ਧਿਆਨ ਨਾਲ ਆਉਣਾ ਚਾਹੀਦਾ ਬੱਚੇ, ਗਲਤ ਨਾ ਕਰ ਦਿਓ ਇਸ ਕੁਐਸਚਨ ਦਾ ਆਨਸਰ।
ਹੁਣ ਅਮਨ ਬੱਚੇ ਮੈਂ ਤੁਹਾਨੂੰ ਨਾ ਕਿੰਨੇ ਵਾਰ ਕਿਹਾ, ਆਈ ਥਿੰਕ ਤੁਸੀਂ ਪਹਿਲੀ ਵਾਰ ਮੇਰੀ ਕਲਾਸ 'ਚ ਆਏ ਹੋ, ਮੈਨੂੰ ਨਹੀਂ ਪਤਾ ਹੁੰਦਾ ਬੱਚੇ ਇਹਨਾਂ ਚੀਜ਼ਾਂ ਦਾ, ਮੈਨੂੰ ਕੁਛ ਨਹੀਂ ਪਤਾ ਹੁੰਦਾ ਕਦੋਂ ਨੋਟੀਫਿਕੇਸ਼ਨ ਆਉਣੀਆਂ, ਕਦੋਂ ਐਗਜ਼ਾਮ ਹੋਣੇ ਨੇ, ਕਦੋਂ ਨਵੀਆਂ ਕੋਈ ਪੋਸਟਾਂ ਆਉਣੀਆਂ ਨੇ। ਠੀਕ ਹੈ ਰਾਜੇ, ਸਾਰੀਆਂ ਚੀਜ਼ਾਂ ਗਿੱਲ ਸਰ ਨੂੰ ਪੁੱਛਿਆ ਕਰੋ, ਮੇਰੇ ਤੋਂ ਸਿਰਫ ਸਟੱਡੀ ਰਿਲੇਟਡ ਚੀਜ਼ਾਂ ਪੁੱਛਿਆ ਕਰੋ। ਕਲੀਅਰ ਕਾਕੇ? ਵੈਰੀ ਗੁੱਡ ਹਰਵਿੰਦਰ ਸਿੰਘ, ਵੈਰੀ ਗੁੱਡ ਬੱਚੇ, ਵੈਰੀ ਗੁੱਡ ਆਂਸਰ। ਮਲਵਈ ਆਣਾ, ਮਲਵਈ ਜਿਉਂ ਲੱਗਿਓ, ਡੀ ਕਰਨ, ਸੀ ਕਰਨ, ਏ ਕਰਨ, ਬਸ ਕੁਛ ਨਹੀਂ ਹੋ ਸਕਦਾ ਤੁਹਾਡਾ। ਸ਼ਰਨਜੀਤ ਕੌਰ, ਆਈ ਡੋਂਟ ਨੋ। ਸਿਮਰਨਜੀਤ, ਪ੍ਰੋਪਰ ਨਾ ਖੁਦ ਨੋਟੀਫਿਕੇਸ਼ਨ ਪੜ੍ਹਨ ਦੀ ਆਦਤ ਪਾਓ, ਖੁਦ ਨੋਟੀਫਿਕੇਸ਼ਨ ਆਉਂਦੀ ਉੱਥੇ ਦੇਖਿਆ ਕਰੋ ਕਿੰਨੀਆਂ ਚੀਜ਼ਾਂ ਨੇ, ਮੈਨੂੰ ਧਿਆਨ ਹੀ ਨਹੀਂ ਹੁੰਦਾ ਮੇਰੀ ਇਹਨਾਂ ਚੀਜ਼ਾਂ ਵੱਲ। ਮਲਵਈ ਆਏਗਾ, ਮਲਵਈ, ਹਾਏ ਰੱਬਾ, ਹੁਣ ਇਹ ਵੀ ਆਂਸਰ ਤੁਸੀਂ ਗਲਤ ਕਰੋਗੇ। ਨਹੀਂ ਨਹੀਂ ਸੋਰੀ ਨਹੀਂ ਬੱਚੇ, ਮੈਂ ਸੱਚ ਬੋਲ ਰਹੀ ਹਾਂ, ਮੈਨੂੰ ਤਾਂ ਤੁਹਾਡੇ ਤੋਂ ਪਤਾ ਚੱਲਦੀਆਂ ਚੀਜ਼ਾਂ ਵੀ ਮੈਡਮ ਇਹਦਾ ਐਡਮਿਟ ਕਾਰਡ ਆ ਗਿਆ ਅਤੇ ਮੈਡਮ ਇਹਦਾ ਰਿਜ਼ਲਟ ਆ ਗਿਆ, ਮੈਡਮ ਇਹਦੀ ਓ ਐਮ ਆਰ ਸ਼ੀਟ ਆਈ। ਸੀਰੀਅਸਲੀ ਇਹ ਸੱਚ ਹੈਗਾ ਰਾਜੇ, ਮੈਂ ਕੋਈ ਝੂਠ ਨਹੀਂ ਬੋਲ ਰਹੀ ਇਹਦੇ ਵਿੱਚ। ਮੈਨੂੰ ਤਾਂ ਆਪ ਆਸੇ ਪਾਸੇ ਤੋਂ ਪਤਾ ਚੱਲਦਾ, ਜਾਂ ਮੇਰੇ ਫਰੈਂਡਸ ਮੈਨੂੰ ਮੈਸੇਜ ਕਰਦੇ ਹੁੰਦੇ ਆ ਵੀ ਆਹ ਪੋਸਟਾਂ ਆ ਗਈਆਂ ਨੇ, ਆਹ ਨੋਟੀਫਿਕੇਸ਼ਨ ਆ ਗਈ ਹੈ। ਇਹ ਸੀਰੀਅਸਲੀ ਫੈਕਟ ਆ, ਬਿਕੋਜ਼ ਮੇਰਾ ਧਿਆਨ ਹੋਰ ਪਾਸੇ ਹੁੰਦਾ, ਇਸ ਚੀਜ਼ਾਂ ਵੱਲ ਹੁੰਦਾ ਨਹੀਂ। ਬਿਕੋਜ਼ ਮੇਰਾ ਮੰਨਣਾ ਇਹ ਹੈਗਾ, ਪਰਸਨਲ ਮੇਰਾ ਮੰਨਣਾ ਇਹ ਹੈਗਾ ਬੱਚੇ ਕਿ ਦੇਖੋ ਆਪਣੇ ਆਖੇ ਤੇ ਤਾਂ ਆਉਂਦੀਆਂ ਨਹੀਂ ਹੈਗੀਆਂ। ਠੀਕ ਆ ਰਾਜੇ, ਪੋਸਟਾਂ ਅੱਜ ਤੱਕ ਹੋਇਆ ਕਦੇ ਵੀ ਜਦੋਂ ਆਪਾਂ ਚਾਹੀ ਹੋਵੇ ਸਰਕਾਰ ਨੇ ਪੋਸਟਾਂ ਕੱਢ ਦੀਆਂ ਹੋਣ? ਰਾਜੇ ਨਹੀਂ। ਤਾਂ ਮੇਰਾ ਪਰਸਨਲ ਮੰਨਣਾ ਇਹ ਹੈਗਾ ਵੀ ਰਾਜੇ ਨੋਟੀਫਿਕੇਸ਼ਨ ਵੀ ਆ ਜਾਣੀਆਂ, ਪੋਸਟਾਂ ਵੀ ਨਿਕਲ ਜਾਣੀਆਂ। ਇਸ ਤੋਂ ਪਹਿਲਾਂ ਕੀ ਹੈਗਾ, ਆਪਾਂ ਕੋਈ ਵੀ ਪੋਸਟ ਨਿਕਲੇ ਆਪਾਂ ਆਪਣੀ ਤਿਆਰੀ ਪ੍ਰੋਪਰ ਰੱਖੀਏ, ਦੈਟਸ ਇਟ। ਮੇਰਾ ਇਹ ਮੰਨਣਾ ਹੁੰਦਾ ਹੈਗਾ ਕਿ ਜੋ ਤੁਹਾਡਾ ਸਬਜੈਕਟ ਵੀਕ ਹੈਗਾ ਉਹਨੂੰ ਜਾ ਕੇ ਸਟਰੋਂਗ ਕਰ ਲਓ। ਠੀਕ ਆ ਰਾਜੇ, ਚਲੋ ਨੈਕਸਟ ਦੇਖੋ ਰਾਜੇ, ਆਪਣੀ ਮਲਵਈ ਆਏਗਾ, ਛਿੱਤਰ ਪੈਣ ਵਾਲੇ ਆ ਤੁਹਾਨੂੰ, ਲਓ ਪੜ੍ਹ ਲਿਓ ਆਪਣੇ ਆਪ। ਮੈਨੂੰ ਲੱਗਦਾ ਨਹੀਂ ਹੈਗਾ ਕਿ ਮੈਨੂੰ ਦੱਸਣ ਦੀ ਜ਼ਰੂਰਤ ਹੈ ਰਾਜੇ, ਹੈ ਨਾ। ਆਪਣਾ ਮਲਵਈ ਮੈਂ ਤੁਹਾਨੂੰ ਦੱਸਿਆ ਸੀ ਮਾਲਵ ਤੋਂ ਬਣਿਆ, ਮਾਲਵਾਰੀ ਆ ਲੋਕਾਂ ਦੀ ਇੱਕ ਜਾਤੀ ਹੈ, ਤਾਂ ਹੀ ਆਪਣੀ ਪ੍ਰਾਚੀਨ ਉਪ ਬੋਲੀ ਹੈਗੀ ਆ ਰਾਜੇ, ਯਾਦ ਰੱਖਿਓ। ਠੀਕ ਆ, ਸਾਰਾ ਮਾਲਵਾ ਹੀ ਆਪਣਾ, ਸਾਰਾ ਮਾਲਵਾ ਹੀ ਹੈ ਰਾਜੇ। ਚਲੋ ਨੈਕਸਟ ਦੇਖੋ, ਸਬਕ ਸ਼ਬਦ ਦਾ ਸਮਾਨਾਰਥੀ ਸ਼ਬਦ ਦੱਸੋ ਰਾਜੇ, ਸਬਕ ਦਾ ਦੱਸੋ ਰਾਜੇ ਸਮਾਨਾਰਥੀ ਹੈਗਾ ਕੀ ਆ ਰਾਜੇ, ਆਂਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ। ਥਰਟੀ ਕੁਐਸਚਨਸ ਨੇ ਆਪਣੇ, ਆਂਸਰ ਕਰੋ ਤੇ ਮੈਂ ਤੁਹਾਡੇ ਤੋਂ ਐਂਡ ਤੇ ਸਕੋਰ ਪੁੱਛਣਾ ਹੈਗਾ ਬੱਚੇ, ਤੁਹਾਡਾ ਕਿੰਨਾ ਸਕੋਰ ਹੈ। ਤਾਂ ਸੌਖਾ ਹੀ ਆ, ਸਬਕ ਦਾ ਸਿੱਖਿਆ ਆਏਗਾ, ਸਬਕ ਸਿੱਖਿਆ ਆਏਗਾ ਬੱਚੇ। ਨੋ ਰਾਜੇ, ਗੁਲੂ ਬੰਦ ਗਹਿਣਾ ਕਿਸ ਨਾਲ ਸੰਬੰਧਿਤ ਹੈ, ਆਪਣੇ ਨੱਕ ਨਾਲ, ਕੰਨ, ਪੈਰ, ਜਾਂ ਫਿਰ ਬੱਚੇ ਆਪਣੇ ਗਲ ਨਾਲ। ਸੋ ਈਜ਼ੀ, ਗੁਲੂ ਬੰਦ ਗਹਿਣਾ ਦੱਸੋ ਰਾਜੇ ਕਿਸ ਦੇ ਨਾਲ ਸੰਬੰਧਿਤ ਹੈ, ਸੋ ਈਜ਼ੀ ਬੱਚੇ, ਆਂਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ। ਆਂਸਰ ਕਰੋ ਰਾਜੇ, ਗੁਰੂ ਬੰਦ ਗਹਿਣਾ ਕਿਸ ਨਾਲ ਸੰਬੰਧਿਤ ਆ, ਸੋ ਈਜ਼ੀ ਬੱਚੇ ਆਪਣੇ, ਠੀਕ ਆ, ਸੋ ਈਜ਼ੀ ਹੈਗਾ ਆਪਣਾ ਗਲ ਦੇ ਨਾਲ ਸੰਬੰਧਿਤ ਹੈਗਾ ਇਹ, ਆਪਣੇ ਯਾਦ ਰੱਖਿਓ ਰਾਜੇ, ਔਰਤਾਂ ਦੇ ਗਲ ਦੇ ਗਹਿਣੇ ਹੈਗੇ ਨੇ ਆਪਣੇ ਸਾਰੇ ਇਹ। ਚੰਦਨ ਹਾਰ ਹੋ ਗਿਆ ਰਾਜੇ, ਚੰਪਾ ਕਲੀ, ਮੋਹਰਾ, ਹੱਸ ਔਰ ਹੱਸੀ, ਮੋਹਨ ਮਾਲਾ ਹੋ ਗਈ ਆਪਣੀ, ਮਾਲਾ ਹੋ ਗਈ, ਜੁਗਨੀ ਹੋ ਗਈ ਰਾਜੇ, ਹੌਲ ਦਿਲ, ਗੁਲੂ ਬੰਦ ਤੇ ਸਿਲਵੱਟਾ, ਸਾਰੇ ਦੇ ਸਾਰੇ ਕੀ ਹੈਗੇ ਨੇ ਰਾਜੇ, ਆਪਣੇ ਨੈਕ ਆਰਨਾਮੈਂਟਸ ਆਫ ਵੁਮੈਨਸ। ਲਓ ਰਾਜੇ, ਹੇਠ ਲਿਖਿਆ ਵਿੱਚੋਂ ਕਾਰਨ ਵਾਚਕ ਕਿਰਿਆ ਵਿਸ਼ੇਸ਼ਣ ਦੀ ਚੋਣ ਕਰੋ, ਦੱਸੋ ਰਾਜੇ ਇਹਨਾਂ ਚੋਂ ਕਿਹੜਾ ਕਾਰਨ ਵਾਚਕ ਕਿਰਿਆ ਵਿਸ਼ੇਸ਼ਣ ਹੈਗਾ। ਧਿਆਨ ਨਾਲ ਆਂਸਰ ਆਉਣਾ ਚਾਹੀਦਾ, ਗਲਤ ਨਹੀਂ ਹੋਣਾ ਚਾਹੀਦਾ ਕਿਸੇ ਵੀ ਬੱਚੇ ਦਾ। ਅਚਨਚੇਤ ਹੋ ਗਿਆ, ਧੜਾ ਧੜ ਕੋਈ ਚੀਜ਼ ਹੋ ਰਹੀ ਹੈ ਕਿੱਦਾਂ, ਜਾਂ ਫਿਰ ਬੱਚੇ ਆਪਣਾ ਉਧਰੋਂ। ਲਓ ਰਾਜੇ ਆਂਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ।
ਕੀ ਆਏਗਾ ਆਪਣਾ, ਕਿੱਦਾਂ ਆਏਗਾ ਬੱਚੇ, ਕਿੱਦਾਂ ਆਏਗਾ, ਕਿੱਦਾਂ, ਆਹ ਦੇਖ ਲਓ ਰਾਜੇ ਆਪਣਾ, ਜਿਸ ਤੋਂ ਆਪਾਂ ਨੂੰ ਕਿਰਿਆ ਦੇ ਹੋਣ ਦਾ ਕਾਰਨ ਦਾ ਪਤਾ ਲੱਗਿਆ ਨਾ, ਉਸ ਚੀਜ਼ ਨੂੰ ਆਪਾਂ ਕਾਰਨ ਵਾਚਕ ਬੋਲਦੇ ਹੈਗੇ ਰਾਜੇ। ਆ ਸਾਰੇ ਵਰਡ ਯਾਦ ਰੱਖਿਓ, ਇਸ ਲਈ, ਇਸ ਕਰਕੇ, ਇਸ ਤਰ੍ਹਾਂ। ਆ ਧੜਾ ਧੜ ਅਚੰਚੇ ਤੇ ਤਾਂ ਪ੍ਰਕਾਰ ਵਾਚਕ ਹੋ ਗਿਆ ਰਾਜੇ, ਵਿਧੀ ਵਾਚਕ ਜਾਂਦੇ ਹੈਗੇ ਨੇ ਆਪਣੇ, ਕਿੰਨੇ ਵਾਰ ਤਾਂ ਮੈਂ ਕਰਵਾਈਆਂ ਹੋਈਆਂ ਰਾਜੇ ਚੀਜ਼ਾਂ ਇਹ। ਚਲੋ ਨੈਕਸਟ ਲਓ ਰਾਜੇ, ਇਹ ਸੀਗੇ ਆਪਣਾ ਅੱਜ ਦਾ ਸੈਸ਼ਨ, ਠੀਕ ਹੈ। ਸੈਸ਼ਨ ਵਧੀਆ ਲੱਗਿਆ ਬੱਚੇ, ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਆਪਣੇ ਚੈਨਲ ਨੂੰ। 30 ਕੁਐਸਚਨ ਸੀਗੇ ਅੱਜ ਦੇ, ਆਪਣੇ ਸਕੋਰ ਦੱਸੋ ਰਾਜੇ ਤੁਹਾਡਾ ਕਿੰਨਾ ਹੈਗਾ। ਬਾਕੀ ਰਾਜੇ ਇਸ ਤੋਂ ਬਾਅਦ ਆਪਾਂ ਆਪਣੇ 5 ਵਜੇ ਮਿਲਦੇ ਹੈਗੇ ਆਪਣੀ ਕਲਾਸ ਦੇ ਵਿੱਚ, ਪੰਜਾਬ ਜੀਕੇ ਦੇ ਵਿੱਚ, ਠੀਕ ਹੈ ਰਾਜੇ। ਇੱਥੇ ਮੈਂ ਐਡ ਕਰੂੰਗੀ ਪੋਲੀਟੀ ਹਿਸਟਰੀ ਵੀ ਬੱਚੇ, ਮੈਂ ਐਡ ਕਰੂੰਗੀ, ਬਟ ਇੱਕ ਵਾਰ ਮੈਂ ਘਰ ਜਾਇਆ ਵਾਂ, ਮੈਡੀਸਨ ਵਗੈਰਾ ਲੈ ਆਵਾਂ ਰਾਜੇ, ਉਸ ਤੋਂ ਬਾਅਦ ਮੈਂ ਪ੍ਰੋਪਰ ਐਡ ਕਰੂੰਗੀ, ਠੀਕ ਹੈ ਰਾਜੇ। ਤੇ ਡੇਲੀ ਆਪਣੀ 2 ਵਜੇ ਗ੍ਰਾਮਰ ਦੀ ਕਲਾਸ ਹੁੰਦੀ ਆ, 5 ਵਜੇ ਬੱਚੇ ਆਪਣੀ ਪੰਜਾਬ ਜੀਕੇ ਦੀ ਕਲਾਸ ਹੁੰਦੀ ਆ। ਹੁਣ ਅਗਰ ਕਿਸੇ ਬੱਚੇ ਨੂੰ ਕੋਈ ਵੀ ਡਾਊਟ ਹੈ ਕਿਸੇ ਵੀ ਚੀਜ਼ ਦੇ ਰਿਲੇਟਡ, ਠੀਕ ਹੈ ਰਾਜੇ, ਤਾਂ ਤੁਸੀਂ ਕੀ ਕਰ ਸਕਦੇ ਹੋ, ਆਪਣੇ ਇਸ ਨੰਬਰ ਤੇ ਕਾਲ ਕਰ ਲਿਓ। ਅਗਰ ਨੋਟੀਫਿਕੇਸ਼ਨ ਪੁੱਛਣੀ ਆ, OMR ਸ਼ੀਟ ਪੁੱਛਣੀ ਆ, ਕੱਟ ਆਫ ਪੁੱਛਣੀ ਆ, ਇਸ ਨੰਬਰ ਤੇ ਕਾਲ ਕਰਕੇ ਪੁੱਛਿਓ ਰਾਜੇ, ਠੀਕ ਆ। ਸਟੱਡੀ ਦੇ ਰਿਲੇਟਡ ਮੇਰੇ ਤੋਂ ਜੋ ਚੀਜ਼ ਤੁਸੀਂ ਮਰਜ਼ੀ ਪੁੱਛ ਸਕਦੇ ਹੋ। ਤੇ ਹੁਣ ਜੇ ਕਿਸੇ ਵੀ ਬੱਚੇ ਨੂੰ ਕੋਈ ਡਾਊਟ ਆ ਰਾਜੇ, ਤੁਸੀਂ ਪੁੱਛ ਸਕਦੇ ਹੋ, ਨਹੀਂ ਫਿਰ ਆਪਣੇ ਵੱਲੋਂ ਸਤਿ ਸ਼੍ਰੀ ਅਕਾਲ, ਮਿਲਦੇ ਆ ਰਾਜੇ ਫਿਰ ਆਪਾਂ ਆਪਣੀ 5 ਵਜੇ ਕਲਾਸ ਦੇ ਵਿੱਚ। ਹਰ ਇੱਕ ਨਿਆਣਾ ਹੈਗਾ ਰਾਜੇ ਪੰਜਾਬ ਜੀ ਕੇ, ਉੱਥੇ ਆਪਾਂ ਰਿਵਾਈਜ਼ ਕਰ ਰਹੇ ਹਾਂ। ਓਕੇ ਓਕੇ, ਠੀਕ ਆ ਬੱਚੇ, ਮਿਸ ਪਟਵਾਰਨ ਸ਼ੋਰ ਬੱਚੇ, ਮੈਂ ਦੇਖਦੀ ਹਾਂ ਕਿਹੜਾ ਹੈਗਾ ਟੈਸਟ। ਚਲੋ ਫਿਰ ਠੀਕ ਆ, ਲਵ ਯੂ, ਟੇਕ ਕੇਅਰ ਰਾਜੇ, ਮਿਲਦੇ ਹਾਂ ਫਿਰ ਆਪਾਂ ਆਪਣੀ 5 ਵਜੇ ਦੀ ਕਲਾਸ ਦੇ ਵਿੱਚ। ਥੈਂਕ ਯੂ ਵੈਰੀ ਮੱਚ। ਓਕੇ ਓਕੇ ਹਰਵਿੰਦਰ ਸਿੰਘ, ਸ਼ੋਰ ਬੱਚੇ, ਸ਼ੋਰ।